ਓਂਕਾਰ ਸਤਨਾਮ ਕਰਤਾ ਮੂਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਦੰਡੌਤ ਬੰਧਨ ਅਨਿਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇ ਪਰਿਆ ਤਉ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜੇ ਤੂੰ ਪੁਰਖਾ ਕਿਰਪਾ ਨਿਧਾਨ ਨਾ ਦੂਜਾ ਵਿਖਾਰ ਕਿਹਾ ਪਾਈ ਮੂੰਹ ਦਸਤੜੀ ਨਿਤ ਹਿਰਦੈ ਰੱਖਾਂ ਸੰਭਾਲ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਆਪਣੀਆਂ ਸੁਰਤੀਆਂ ਨੂੰ ਜੇਕਤ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਦੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਆਓ ਸਤ ਸੰਗਤ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ ਸੋ ਸਾਰੀਆਂ ਸੰਗਤਾਂ ਜੋ ਕਿ ਕੁਝ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਜੀ ਉਹਨਾਂ ਪਾਸੋਂ ਬਾਬਾ ਬੁੱਢਾ ਸਾਹਿਬ ਜੀ ਨਾਲ ਸੰਬੰਧਿਤ ਕਾਫੀ ਇਤਿਹਾਸ ਨੇ ਪ੍ਰਗਟ ਕੀਤਾ ਸੋ ਮੇਰਾ ਖਿਆਲ ਗਿਆਨੀ ਜੀ ਨੇ ਬਹੁਤ ਵਿਸਥਾਰ ਦੇ ਵਿੱਚ ਬਾਬਾ ਬੁੱਢਾ ਜੀ ਬਾਰੇ ਸੁਣਾ ਦਿੱਤਾ ਹੈ ਅਤੇ ਥੋੜ੍ਹਾ ਕੁ ਸੰਖੇਪ ਦੇ ਵਿੱਚ ਦਾਸ ਦੁਹਰਾ ਦਿੰਦਾ ਹੈ ਬਹੁਤ ਵਿਸਥਾਰ ਜਾਣਕਾਰੀ ਤੁਹਾਨੂੰ ਗਿਆਨੀ ਜੀ ਨੇ ਪਹਿਲਾਂ ਦੇ ਦਿੱਤੀ ਹੈ ਸੋ ਬਾਬਾ ਬੁੱਢਾ ਜੀ ਦਾ ਜੋ ਜਨਮ 1506 ਈਸਵੀ ਦੇ ਵਿੱਚ ਕੱਥੂ ਨਗਰ ਵਿਖੇ ਮਾਤਾ ਕੌਰਾਂ ਦੀ ਕੁੱਖ ਤੋਂ ਭਾਈ ਸੁੱਖਾ ਰੰਧਾਵੇ ਦੇ ਘਰ ਹੋਇਆ ਕੁਝ ਸਮੇਂ ਦੇ ਬਾਅਦ ਮਾਤਾ ਪਿਤਾ ਜੀ ਪਿੰਡ ਰਮਦਾਸ ਵਿਖੇ ਆ ਕੇ ਰਹਿਣ ਲੱਗ ਪਏ ਸੀ ਸਾਰਿਆਂ ਤੋਂ ਪਹਿਲਾਂ ਇਹਨਾਂ ਦਾ ਜੋ ਬਚਪਨ ਦਾ ਨਾਂ ਸੀ ਉਹ ਸੀ ਬੂੜਾ ਗੁਰੂ ਨਾਨਕ ਬਾਬਾ ਜੀ ਦੁਨੀਆਂ ਨੂੰ ਤਾਰਦੇ ਹੋਏ ਇਸ ਇਲਾਕੇ ਵਿੱਚ ਵਿਚਰ ਰਹੇ ਹੈ ਕੱਥੂ ਨੰਬਰ ਦਾ ਇਲਾਕਾ ਕਹਿ ਲਓ ਰਮਦਾਸ ਦਾ ਇਲਾਕਾ ਅਤੇ ਜਦੋਂ ਬਾਲਕ ਬੂੜਾ ਜੀ ਆਪਣੇ ਸਾਥੀਆਂ ਦੇ ਨਾਲ ਬਾਹਰ ਆਪਣੀਆਂ ਗਾਵਾਂ ਬੱਚਿਆਂ ਚਾਰਨ ਵਾਸਤੇ ਆਏ ਹੋਏ ਹੈ ਅਤੇ ਗੁਰੂ ਨਾਨਕ ਸਾਹਿਬ ਦਾ ਮੇਲ ਹੋਇਆ ਨਮਸਕਾਰ ਕੀਤੀ ਬੈਠ ਕੇ ਗੁਰੂ ਨਾਨਕ ਬਾਬਾ ਜੀ ਤੋਂ ਬਚਨ ਸੁਣੇ ਬਚਨ ਸੁਣੇ ਨਿਤ ਆਉਂਦੇ ਰਹੇ ਦੁੱਧ ਲੈ ਕੇ ਗੁਰੂ ਨਾਨਕ ਸਾਹਿਬ ਜੀ ਵਾਸਤੇ ਬਚਨ ਬੈਠ ਕੇ ਸੁਣਦੇ ਰਹੇ ਅਤੇ ਗੁਰੂ ਨਾਨਕ ਸਾਹਿਬ ਇੱਕ ਦਿਨ ਪੁੱਛਣ ਲੱਗੇ ਵੀ ਕਾਕਾ ਤੇਰੀ ਉਮਰ ਬਿਲਕੁਲ ਛੋਟੀ ਜੀ ਹੈ ਅਤੇ ਤੂੰ ਬੜੇ ਧਿਆਨ ਦੇ ਨਾਲ ਆ ਕੇ ਕਿ ਗਿਆਨ ਦੇ ਸੱਚ ਦੇ ਪਰਮਾਤਮਾ ਦੇ ਵਚਨ ਸੁਣਦਾ ਹੈ ਅਤੇ ਤੇਰੇ ਅੰਦਰ ਕੀ ਭਾਵ ਹੈ
ਉਸ ਵੇਲੇ ਛੋਟਾ ਜਿਹਾ ਬੱਚਾ ਬੁੜਾ ਕਹਿਣ ਲੱਗਿਆ ਜੀ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ ਅਤੇ ਮੈਨੂੰ ਐਸਾ ਉਪਦੇਸ਼ ਦਿਓ ਐਸੀ ਕਿਰਪਾ ਕਰੋ ਕਿ ਮੇਰਾ ਮੌਤ ਦਾ ਜਿਹੜਾ ਭੈ ਹੈ ਦੂਰ ਹੋ ਜਾਵੇ, ਮੇਰਾ ਜਨਮ ਮਰਨ ਕੱਟਿਆ ਜਾਵੇ ਅਤੇ ਮੈਂ ਨਿਰਭਉ ਹੋ ਜਾਵਾਂ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੀ ਉਮਰ ਹੈ ਬੱਚਿਆਂ ਵਾਲੀ ਖੇਡਣ ਪੁੱਤਣ ਵਾਲੀ, ਇਹ ਤੂੰ ਛੋਟੀ ਜਿਹੀ ਉਮਰ ਦੇ ਵਿੱਚ ਹੀ ਬੜੀਆਂ ਸਿਆਣੀਆਂ ਗੱਲਾਂ ਕਰਦਾ, ਇਹ ਤੇਰੇ ਅੰਦਰ ਸੋਝੀ ਕਿੱਥੋਂ ਬਣੀ ਵੀ ਕਿਤੇ ਮੌਤ ਮੈਨੂੰ ਬੁਰੀ ਨਾ ਲੈ ਜਾਵੇ ਜਾਂ ਮੇਰਾ ਜਨਮ ਮਰਨ ਕੱਟਿਆ ਜਾਵੇ, ਮੈਂ ਨਿਰਭਉ ਹੋ ਜਾਵਾਂ, ਮੌਤ ਦੇ ਡਰ ਤੋਂ ਉੱਠ ਜਾਵਾਂ। ਕਹਿਣ ਲੱਗਿਆ ਵੀ ਇੱਕ ਵਾਰ ਅਸੀਂ ਦੇਖ ਰਹੇ ਸੀ ਸਾਡੇ ਇਲਾਕੇ ਦੇ ਵਿੱਚ ਕੁਝ ਮੁਗਲ ਜਰਵਾਣੇ ਆਏ, ਉਹ ਇੱਥੋਂ ਦੀ ਲੰਘਦੇ ਹੋਏ ਸਾਡੀਆਂ ਕੱਚੀਆਂ ਫਸਲਾਂ ਵੀ ਵੱਢ ਕੇ ਲੈ ਗਏ ਅਤੇ ਉਹਨਾਂ ਨੂੰ ਕੋਈ ਰੋਕ ਨਾ ਸਕਿਆ। ਅਤੇ ਉੱਥੋਂ ਮੇਰੇ ਅੰਦਰ ਭਾਵ ਬਣ ਗਿਆ ਵੀ ਇੱਦਾਂ ਹੀ ਕਿਤੇ ਮੌਤ ਦਾ ਜੰਮ ਹੈ ਜੋ ਇਹ ਕਿਤੇ ਮੈਨੂੰ ਵੀ ਛੋਟੇ ਜਿਹੇ ਨਾ ਲੈ ਜਾਵੇ ਜਿਵੇਂ ਕੱਚੀਆਂ ਫਸਲਾਂ ਵੱਢ ਕੇ ਲੈ ਗਈ ਜਰਵਾਣੇ, ਇੱਦਾਂ ਮੌਤ ਦਾ ਜਰਵਾਣਾ ਵੀ ਕਿਤੇ ਮੈਨੂੰ ਇੱਦਾਂ ਹੀ ਨਾ ਲੈ ਜਾਵੇ। ਇਸ ਕਰਕੇ ਮੇਰੇ ਅੰਦਰ ਇਹ ਭੈ ਬਣ ਗਿਆ। ਗੁਰੂ ਨਾਨਕ ਸਾਹਿਬ ਜੀ ਹੱਸ ਕੇ ਕਹਿੰਦੇ ਭਾਈ ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈ, ਮੈਂ ਤੂੰ ਛੋਟਾ ਬੱਚਾ ਪਰ ਗੱਲਾਂ ਤੂੰ ਬੜੀਆਂ ਸਿਆਣੀਆਂ ਬੁੱਢਿਆਂ ਵਾਲੀਆਂ ਕਰਦਾ ਹੈ। ਉੱਥੋਂ ਫਿਰ ਭਾਈ ਬੁੱਢਾ ਜੀ ਤੋਂ ਭਾਈ ਬੁੱਢਾ ਜੀ ਕਰਕੇ ਪ੍ਰਚਲਿਤ ਹੋਏ, ਸੋ ਗੁਰੂ ਨਾਨਕ ਸਾਹਿਬ ਦੇ ਸਿੱਖ ਬਣੇ। ਗੁਰੂ ਸਾਹਿਬ ਕਹਿੰਦੇ ਭਾਈ ਪਰਮਾਤਮਾ ਦਾ ਸਿਮਰਨ ਮੌਤ ਤੋਂ ਦੇ ਭੈ ਤੋਂ ਉੱਪਰ ਲੈ ਜਾਂਦਾ ਹੈ, ਆਪਣੇ ਆਪ ਦੀ ਸੋਝੀ ਆ ਜਾਂਦੀ ਹੈ, ਸੋ ਇਹ ਜਨਮ ਮਰਨ ਦੀ ਖੇਡ ਦਾ ਸਾਰਾ ਪਤਾ ਲੱਗ ਜਾਂਦਾ ਹੈ। ਸੋ ਇੱਦਾਂ ਉਪਦੇਸ਼ ਗ੍ਰਹਿਣ ਕਰਕੇ ਬੁੜਾ ਬੁੱਢਾ ਜੀ ਬਣਿਆ। ਫਿਰ ਜੋ ਸੰਖੇਪ ਗੱਲਾਂ ਕਹਾਂ, ਆਪਣੇ ਪਹਿਲਾਂ ਸੁਣ ਲਿਆ ਕਿ ਬਾਬਾ ਬੁੱਢਾ ਜੀ ਨੂੰ ਵੀ ਗੁਰੂ ਸਾਹਿਬ ਜੀ ਨੇ ਪਹਿਲੇ ਗ੍ਰੰਥ ਹੀ ਸਥਾਪਿਤ ਕੀਤਾ, ਇਹ ਵੀ ਸਾਡੇ ਵਾਸਤੇ ਇੱਕ ਕਿੰਨੀ ਦੂਰਅੰਦੇਸ਼ੀ ਸੋਚਣ ਵਾਸਤੇ ਸਾਨੂੰ ਗੁਰੂ ਜੀ ਨੇ ਸੇਧ ਦਿੱਤੀ। ਜਿਸ ਵੇਲੇ ਗੁਰਬਾਣੀ ਦਾ ਸਰੂਪ ਤਿਆਰ ਹੋ ਗਿਆ, ਜਦੋਂ ਗੁਰਬਾਣੀ ਦਾ ਸਰੂਪ ਤਿਆਰ ਹੋ ਗਿਆ, ਲਿਖਾਈ ਦਾ ਕੰਮ ਸੰਪੂਰਨ ਹੋ ਗਿਆ, ਤਾਂ ਉਸ ਤੋਂ ਬਾਅਦ ਇੱਕ ਦਿਨ ਗੁਰੂ ਅਰਜਨ ਸਾਹਿਬ ਜੀ ਸੰਗਤਾਂ ਨੂੰ ਕਹਿੰਦੇ ਕਿ ਸਾਡੇ ਪਾਸ ਕੋਈ ਆਵੇ ਨਾ, ਥੋੜ੍ਹਾ ਕੁ ਸਮਾਂ ਸੰਗਤ ਨੂੰ ਰੋਕੋ। ਪਹਿਰੇਦਾਰ ਨੂੰ ਕਹਿਣ ਲੱਗੇ ਅਸੀਂ ਕਿਸੇ ਨੁਕਤੇ 'ਤੇ ਕੋਈ ਵਿਚਾਰ ਕਰਨੀ ਹੈ, ਚਿੰਤਨ ਕਰਨਾ ਹੈ, ਇਹ ਸਾਨੂੰ ਸਮਝਾਉਣ ਵਾਸਤੇ ਗੁਰੂ ਨੇ ਬਹੁਤ ਰੱਖਿਆ। ਲਓ ਜੀ, ਕਾਫੀ ਸਮਾਂ ਸੰਗਤਾਂ ਨੂੰ ਰੋਕ ਕੇ ਰੱਖਿਆ ਪਹਿਰੇਦਾਰਾਂ ਨੇ ਵੀ ਗੁਰੂ ਸਾਹਿਬ ਜੀ ਕਿਸੇ ਨਾ ਨੁਕਤੇ ਦੇ ਉੱਤੇ ਕੋਈ ਚਿੰਤਨ ਕਰ ਰਹੇ ਹੈ, ਗਹਿਰਾ ਰੁਕ ਜਾਓ। ਲਓ ਜੀ, ਥੋੜ੍ਹੇ ਸਮੇਂ ਦੇ ਬਾਅਦ ਗੁਰੂ ਸਾਹਿਬ ਨੇ ਇਸ਼ਾਰਾ ਕਰਤਾ ਭਾਈ ਆ ਜਾਓ। ਚਲੋ, ਸੰਗਤਾਂ ਪਹੁੰਚੀਆਂ, ਆਨੰਦ ਸ਼ਿਕਾਰ ਕੀਤੀ, ਸੰਗਤਾਂ ਨੇ ਕੁਛ ਨਾ ਕੀਤਾ। ਪਾਤਸ਼ਾਹ ਜੀ, ਆਪ ਜੀ ਨੇ ਜ਼ਰੂਰ ਕਿਸੇ ਗਹਿਰੇ ਮਸਲੇ ਦੇ ਉੱਤੇ ਵਿਚਾਰ ਕੀਤੀ ਹੈ, ਅਸੀਂ ਪੁੱਛਣ ਦੀ ਗੁਸਤਾਖੀ ਇਸ ਕਰਕੇ ਕਰਦੇ ਹਾਂ ਤਾਂ ਕਿ ਸਾਨੂੰ ਵੀ ਸੋਝੀ ਆ ਜਾਵੇ। ਜ਼ਰੂਰ ਕੋਈ ਗਹਿਰਾ ਮਸਲਾ ਹੈ ਜਿਸ 'ਤੇ ਆਪ ਨੇ ਵਿਚਾਰ ਕੀਤੀ ਹੈ ਅਤੇ ਸਾਨੂੰ ਵੀ ਦੱਸਣ ਦੀ ਕਿਰਪਾਲਤਾ ਕਰੋ ਤਾਂ ਕਿ ਅਸੀਂ ਵੀ ਵਿਚਾਰ ਕਰ ਸਕੀਏ। ਗੁਰੂ ਸਾਹਿਬ ਜੀ ਕਹਿੰਦੇ ਭਾਈ ਅਸੀਂ ਗ੍ਰੰਥੀ ਦੇ ਮਸਲੇ 'ਤੇ ਵਿਚਾਰ ਕਰ ਰਹੇ ਸੀ। ਭਾਵ ਸਾਨੂੰ ਕੀ ਦੱਸਿਆ ਵੀ ਇਹ ਮਸਲਾ ਵਿਚਾਰ ਵਾਲਾ ਹੈ, ਅਸੀਂ ਵਿਚਾਰ ਕਰ ਰਹੇ ਸੀ ਵੀ ਗੁਰਬਾਣੀ ਦੀ ਲਿਖਾਈ ਦਾ ਕੰਮ ਤਾਂ ਸੰਪੂਰਨ ਹੋ ਗਿਆ, ਹੁਣ ਸੇਵਾ ਵਾਸਤੇ ਗ੍ਰੰਥੀ ਦੀ ਡਿਊਟੀ ਕੀਤੀ ਲਾਈ ਹੈ, ਇਹ ਮਸਲਾ ਵਿਚਾਰ ਵਾਲਾ ਹੈ। ਅਤੇ ਸੰਗਤਾਂ ਕਹਿੰਦੀਆਂ ਪਾਤਸ਼ਾਹ ਜੀ ਫਿਰ ਆਪਣੇ ਕੀ ਵਿਚਾਰ ਕੀਤੀ? ਗੁਰੂ ਸਾਹਿਬ ਕਹਿੰਦੇ ਅਸੀਂ ਇਹ ਸੋਚਿਆ
ਵੀ ਇਹ ਜੋ ਬੁੱਢਾ ਜੀ ਹੈ ਇਹ ਗੁਰੂ ਨਾਨਕ ਸਾਹਿਬ ਵੇਲੇ ਤੋਂ ਗੁਰੂ ਨਾਨਕ ਘਰ ਦੇ ਵਿੱਚ ਆਏ ਹੈ, ਲਗਾਤਾਰ ਇਹ ਸਤਸੰਗ ਕਰ ਰਹੇ ਹੈ, ਸੇਵਾ ਕਰ ਰਹੇ ਹੈ, ਇਹ ਗੁਰਬਾਣੀ ਦੇ ਅਰਥ ਭਾਵਾਂ ਨੂੰ ਸਮਝਦੇ ਹੈ, ਇਹਨਾਂ ਦੇ ਅੰਦਰ ਗੁਰਬਾਣੀ ਦਾ ਪੂਰਨ ਸਤਿਕਾਰ ਹੈ, ਇਹਨਾਂ ਨੂੰ ਪਤਾ ਹੈ ਕਿ ਰੱਬੀ ਬਾਣੀ ਨੇ ਕਿਵੇਂ ਮਨੁੱਖਤਾ ਨੂੰ ਤਾਰਿਆ ਅਤੇ ਕਿਵੇਂ ਬਾਣੀ ਤਾਰ ਰਹੀ ਹੈ। ਇਸ ਕਰਕੇ ਅਸੀਂ ਸੋਚਿਆ ਵੀ ਇਹ ਪੂਰੇ ਜਾਣਕਾਰ ਨੇ ਗੁਰਬਾਣੀ ਦੇ, ਕਿਉਂਕਿ ਗ੍ਰੰਥੀ ਉਹ ਹੋਣਾ ਚਾਹੀਦਾ ਹੈ ਜੋ ਗ੍ਰੰਥ ਬਾਰੇ ਪੂਰੀ ਜਾਣਕਾਰੀ ਕਰਦਾ ਹੋਵੇ, ਅਤੇ ਇਸ ਸਮੇਂ ਬੁੱਢਾ ਜੀ ਪੂਰੀ ਜਾਣਕਾਰੀ ਰੱਖਦੇ ਗੁਰਬਾਣੀ ਬਾਰੇ। ਇਸ ਕਰਕੇ ਅਸੀਂ ਵਿਚਾਰ ਕੇ ਇਹ ਫੈਸਲਾ ਕੀਤਾ ਕਿ ਬੁੱਢਾ ਜੀ ਨੂੰ ਇਹ ਗ੍ਰੰਥੀ ਦੀ ਸੇਵਾ ਸੌਂਪੀ ਜਾਵੇ। ਇੱਥੋਂ ਅਸੀਂ ਸੇਧ ਲੈਣੀ ਹੈ ਕਿ ਜੋ ਗ੍ਰੰਥੀ ਦਾ ਮਸਲਾ ਹੈ ਇਹ ਵਿਚਾਰਨ ਵਾਲਾ ਹੈ, ਵਿਚਾਰ ਕਰਕੇ ਹੀ ਚੰਗਾ ਵਿਚਾਰਵਾਨ ਗ੍ਰੰਥੀ ਰੱਖਿਆ ਜਾਵੇ, ਜੋ ਤਨਖਾਹ ਮਿਲੇ, ਚੰਗੀਆਂ ਸਹੂਲਤਾਂ ਮਿਲਣ, ਤਾਂ ਕਿ ਚੰਗੇ ਸਿੰਘ ਗ੍ਰੰਥੀ ਦੀ ਡਿਊਟੀ ਕਰਦੇ ਰਹਿਣ। ਸੋ ਇੱਦਾਂ ਗੁਰੂ ਜੀ ਨੇ ਬੜੀ ਦੂਰਅਦੇਸ਼ੀ ਦੇ ਨਾਲ ਸੋਚ ਵਿਚਾਰ ਤੋਂ ਬਾਅਦ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪ ਕੇ ਆਪਾਂ ਨੂੰ ਸਾਰਿਆਂ ਨੂੰ ਸੇਧ ਦਿੱਤੀ ਕਿ ਭਾਈ ਗ੍ਰੰਥੀ ਦੇ ਮਸਲੇ 'ਤੇ ਵਿਚਾਰ ਕਰਿਆ ਕਰੋ ਬੈਠ ਕੇ, ਅਤੇ ਕਿਸੇ ਯੋਗ ਯਾਨੀ ਕਿ ਗੁਰਸਿੱਖ ਨੂੰ ਇਹ ਸੇਵਾ ਸੌਂਪਿਆ ਕਰੋ। ਇਹ ਨਹੀਂ ਹੁੰਦਾ ਵੀ ਜਿਹਨੂੰ ਮਰਜ਼ੀ ਕਹਿਤਾ ਕਿ ਭਾਈ ਤੂੰ ਹੋਇਆ ਗ੍ਰੰਥੀ। ਇਸ ਮਸਲੇ 'ਤੇ ਯਾਨੀ ਕਿ ਸਾਡੀ ਕੌਮ ਨੇ ਮਾਲਵੀ ਹੱਥ ਹੋ, ਖਾਸ ਕਰਕੇ ਦੇਖੋ ਪੰਜਾਬ ਦੇ ਵਿੱਚ ਪਿੰਡਾਂ 'ਚ ਜਾਂ ਹੋਰ ਥਾਂ ਥਾਂ 'ਤੇ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਰੱਖਣ ਤੋਂ ਪਹਿਲਾਂ ਯੋਗਤਾ ਨਹੀਂ ਵਿਚਾਰੀ ਜਾਂਦੀ, ਜਾਂ ਯੋਗਤਾ ਕੀ ਵਿਚਾਰੀ ਜਾਂਦੀ ਹੈ ਵੀ ਤਾਂ ਤਨਖਾਹ ਘੱਟ ਮੰਗੀ ਉਹਨੂੰ ਰੱਖਣ। ਗੁਰਦੁਆਰਿਆਂ ਦੀਆਂ ਬਿਲਡਿੰਗਾਂ ਅਸੀਂ ਸੋਹਣੀਆਂ ਬਣਾ ਲੈਂਦੇ ਹਾਂ, ਚਲੋ ਸੋਹਣੀ ਹੋਵੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਚੰਗੀ ਗੱਲ ਹੈ ਕਿਉਂਕਿ ਗੁਰੂ ਦਾ ਦਰਜ ਹੋਇਆ, ਪਰ ਕਈ ਵਾਰ ਉੱਥੇ ਗ੍ਰੰਥੀ ਸੋਹਣਾ ਨਹੀਂ ਰੱਖਿਆ ਜਾਂਦਾ। ਸੋਹਣਾ ਦਾ ਭਾਵ ਜਾਣਦਾ ਬਿਲਡਿੰਗ ਦੇ ਉੱਤੇ ਲਾ ਕੇ ਕਈ ਲੱਖ ਰੁਪਈਆ ਮਗਰੋਂ ਕਹਿ ਦਿੱਤਾ ਜਾਂਦਾ ਗ੍ਰੰਥੀ ਕੋਈ ਸਸਤਾ ਜਿਹਾ ਰੱਖ ਲਓ, ਖਰਚੇ ਬਹੁਤ ਹੋ ਗਿਆ ਬਿਲਡਿੰਗ ਦੇ ਉੱਤੇ, ਚੱਲ ਬਾਹਰ ਖੁੱਲ੍ਹਾ ਰਹੇ, ਚੱਲ ਬਾਹਰ ਖੁੱਲ੍ਹਾ ਰਹੇ, ਗ੍ਰੰਥੀ ਕੋਈ ਸਸਤਾ ਰੱਖ ਲਓ। ਅਤੇ ਸਸਤਾ ਗ੍ਰੰਥੀ ਕੀ ਕਰੂਗਾ ਫਿਰ, ਤਰੀ ਧਾਗੇ ਕਰਕੇ ਦੇਊਗਾ, ਪਾਣੀ ਕਰਕੇ ਦੇਊਗਾ, ਦੱਤੀਆਂ ਲਾਊਗਾ, ਪਖੰਡ ਕਰੂਗਾ। ਸੋ ਇੱਦਾਂ ਗ੍ਰੰਥੀ ਹੈ ਜੋ ਇਹ ਯੋਗ ਹੋਵੇ ਅਤੇ ਫਿਰ ਗ੍ਰੰਥੀ ਸਤਿਕਾਰ ਹੋਊਗਾ। ਇੱਥੋਂ ਆਪਾਂ ਨੂੰ ਸੇਧ ਮਿਲਗੀ, ਜਿਹੜੀ ਤੁਸੀਂ ਸੁਣ ਲਿਆ ਦਸ ਦਿਨ ਦੇ ਵਿੱਚ ਇੱਕ ਨੁਕਤਾ ਆਪਾਂ ਸਮਝ ਲਿਆ ਕਿ ਗੁਰੂ ਸਾਹਿਬ ਨੇ ਸਾਨੂੰ ਸੇਧ ਦਿੱਤੀ ਸੀ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਬਣਾ ਕੇ, ਵੀ ਇਸ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੇਵਾ ਵਾਸਤੇ ਉਹ ਯੋਗ ਗੁਰਸਿੱਖ ਦੀ ਡਿਊਟੀ ਲਾਇਆ ਹੈ, ਇਹ ਆਉਣ ਵਾਲੇ ਸਮੇਂ ਵਾਸਤੇ ਆਪਾਂ ਨੂੰ ਸੇਧ ਦੇ ਦਿੱਤੀ। ਫਿਰ ਆਪ ਜੀ ਨੂੰ ਪਤਾ ਹੈ 94 ਨੁਕਤੇ ਕਹਿ ਦਿੱਤੇ ਦਸ ਨੇ, ਫਿਰ ਆਪ ਜੀ ਨੂੰ ਪਤਾ ਹੈ ਕਿਵੇਂ ਬਾਬਾ ਬੁੱਢਾ ਜੀ ਨੇ ਭਾਈ ਗੁਰਦਾਸ ਵਰਗਿਆਂ ਨੂੰ ਨਾਲ ਲੈ ਕੇ ਕਿਵੇਂ ਉਸ ਵੇਲੇ ਦੀ ਹਕੂਮਤ ਦਾ ਜਲੂਸ ਕੱਢਿਆ, ਚੌਂਕੀਆਂ ਸ਼ੁਰੂ ਕੀਤੀਆਂ, ਇੱਕ ਯਾਨੀ ਕਿ ਪ੍ਰੋਟੈਸਟ ਮਾਰਕ ਸੀ ਉਸ ਵੇਲੇ ਦੀ ਹਕੂਮਤ ਦਾ ਐਸਾ ਜਲੂਸ ਕੱਢਿਆ ਉਸ ਵੇਲੇ ਕਿ ਗੁਰੂ ਸਾਹਿਬ ਜੀ ਨੂੰ ਰਿਹਾ ਕਰਨਾ ਪਿਆ, ਨਾਲ ਕਿ ਉਦੋਂ ਵੋਟਾਂ ਦਾ ਰਾਜ ਨਹੀਂ ਸੀ। ਫਿਰ ਵੀ ਦੇਖੋ ਇੰਨਾ ਪ੍ਰੈਸ਼ਰ ਪਾਇਆ ਸਿੱਖਾਂ ਨੇ ਸਮੇਂ ਦੀ ਹਕੂਮਤ ਦੇ ਉੱਤੇ ਕਿ ਗੁਰੂ ਸਾਹਿਬ ਨੂੰ ਰਿਹਾ ਕਰਨਾ ਪਿਆ, ਜਿਹਨੂੰ ਕਹਿੰਦੇ ਨੇ ਜਲੂਸ ਕੱਢਣਾ ਕਿਹਦਾ, ਸਰਕਾਰ ਦਾ। ਕਈ ਵਾਰ ਕਹਿੰਦੇ ਜਲੂਸ ਕਿੱਦਾਂ ਕੱਢਣਾ ਹੁੰਦਾ ਸਮੇਂ ਦੀ, ਕਈ ਸਾਡੇ ਯਾਨੀ ਕਿ ਅਣਜਾਣ ਹੋਣ ਕਰਕੇ ਮਾਫ ਕਰਨਾ ਕਹਿਣਾ ਪੈਂਦਾ, ਕਈ ਕਹਿ ਦਿੰਦੇ ਆ ਵੀ ਅਸੀਂ ਜਲੂਸ ਕੱਢਿਆ ਪਰ ਇਹ ਦੱਸ ਦਿਨ ਵੀ ਕਾਹਦਾ ਕਿਹਦਾ ਕੱਢਣਾ ਹੁੰਦਾ। ਜਿਵੇਂ ਕਿ ਕਿਸੇ ਵੇਲੇ ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਉਸ ਵੇਲੇ 1975 ਵਿੱਚ ਐਮਰਜੈਂਸੀ ਵੇਲੇ ਜਲੂਸ ਕੱਢਿਆ ਸੀ, ਕਿਹਦਾ, ਸਰਕਾਰ ਦਾ। ਸਰਕਾਰ ਦਾ ਜਲੂਸ ਸਿੰਘਾਂ ਨੇ ਕੱਢਿਆ ਸੀ ਉਦੋਂ ਐਮਰਜੈਂਸੀ ਵੇਲੇ, ਕੋਈ ਨਹੀਂ ਖੋਲ੍ਹਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਯਾਨੀ ਕਿ ਆਪਾਂ ਕਹਿ ਲਓ
ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ ਅਤੇ ਉਦੋਂ ਵੀ ਬਾਬਾ ਬੁੱਢਾ ਜੀ ਨੇ ਜਲੂਸ ਕੱਢਿਆ ਹਕੂਮਤ ਦਾ, ਸਮੇਂ ਦੀ ਹਕੂਮਤ ਦਾ ਇੰਨਾ ਪ੍ਰੈਸ਼ਰ ਪਿਆ ਕਿ ਛੇਵੇਂ ਪਾਤਸ਼ਾਹ ਨੂੰ ਰਿਹਾ ਕਰਨਾ ਪਿਆ। ਇਹ ਕਥਾ ਦੇ ਅੰਸ਼ ਤੁਸੀਂ ਪਹਿਲਾਂ ਸੁਣ ਲਏ ਗਿਆ ਜੀ ਕੋਲੋਂ ਕਿ ਮੈਂ ਥੋੜ੍ਹਾ ਤਾਂ ਦੁਹਰਾ ਦਿੱਤੇ, ਕਿਉਂਕਿ ਚਲੋ ਕਹਿਣ ਦੀ ਸ਼ਬਦਾਵਲੀ ਦਾ ਫਰਕ ਪੈ ਜਾਂਦਾ। ਤਾਂ ਕਿ ਫਿਰ ਇੱਕ ਗੱਲ ਹੋਰ ਕਹਿ ਦੇਵਾਂ ਜਿਹੜੀ ਯਾਨੀ ਕਿ ਅਤੀ ਜ਼ਰੂਰੀ ਹੈ ਕਹਿਣ ਵਾਲੀ, ਕਿ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਇੱਕ ਯਾਨੀ ਕਿ ਕੱਚੀ ਸਾਖੀ ਜੋੜ ਦਿੱਤੀ, ਉਹਦਾ ਜ਼ਰੂਰ ਯਾਨੀ ਕਿ ਦੱਸ ਦੇਵਾਂ ਸੰਗਤ ਨੂੰ। ਉਹ ਜਿਹੜੀ ਸਾਖੀ ਹੈ ਬਾਬਾ ਬੁੱਢਾ ਸਾਹਿਬ ਦੀ ਸਖਸ਼ੀਅਤ ਦੀ ਵੀ ਨਿੰਦਾ ਕਰਦੀ ਹੈ। ਪਹਿਲੇ ਸਮਝੋ ਜਿਹਨੂੰ ਦੱਸਣ ਲੱਗਿਆ ਹੁਣ ਗੁਰਬਾਰਸ ਪਾਸ਼ੇ ਛੇਵੀਂ ਵਿੱਚ ਇੱਕ ਕੂੜ ਕਹਾਣੀ ਲਿਖੀ ਗਈ ਹੈ ਅਤੇ ਉਹ ਜਿਹੜੀ ਸਾਖੀ ਹੈ ਉਹ ਯਾਨੀ ਕਿ ਗੁਰੂ ਅਰਜਨ ਸਾਹਿਬ ਦੀ ਵੀ ਨਿੰਦਾ ਕਰਦੀ ਹੈ। ਬਾਬਾ ਬੁੱਢਾ ਸਾਹਿਬ ਦੀ ਸਖਸ਼ੀਅਤ ਦੀ ਵੀ ਨਿੰਦਾ ਕਰਦੀ ਹੈ ਸਾਖੀ, ਇਹ ਝੂਠੀ ਹੈ। ਯਾਨੀ ਕਿ ਦੱਸਣ ਵਾਸਤੇ ਤੁਹਾਨੂੰ ਸੁਣਾਉਣਾ ਤਾਂ ਮੈਨੂੰ ਪਊਗੀ ਨਾ, ਕਿ ਪਹਿਲਾਂ ਦੱਸਤਾ ਲਓ ਜੀ ਕੀ ਗੱਲ ਪ੍ਰਚਾਰਕ ਹੈ, ਸਾਰੇ ਪ੍ਰਚਾਰਕ ਦਾ ਧਿਆਨ ਨਾਲ ਸੁਣਿਓ ਕਿ ਕਈਆਂ ਦਾ ਹੋ ਸਕਦਾ ਅੰਦਰ ਥੋੜ੍ਹਾ ਜਿਹਾ ਯਾਨੀ ਕਿ ਹੱਲੇ ਵੀ ਆਹ ਕੀ ਗੱਲ ਹੋਊਗੀ। ਹੁਣ ਇਹ ਗੱਲ ਪ੍ਰਚਾਰਿਤ ਹੈ ਕਿ ਬਾਬਾ ਬੁੱਢਾ ਜੀ ਦੇ ਵਰ ਦੇ ਨਾਲ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਇਹ ਪ੍ਰਚਾਰਿਤ ਹੈ ਗੱਲ ਨਹੀਂ ਗਲਤ ਹੈ, ਇਹ ਗਲਤ ਹੈ। ਤਾਂ ਕਿ ਪ੍ਰਚਾਰਿਤ ਕੀ ਹੈ, ਜੋ ਪ੍ਰਚਾਰਿਤ ਕਹਾਣੀ ਵੀ ਜਿਸ ਵੇਲੇ ਕਹਿੰਦੇ ਮਾਤਾ ਜੀ ਨੇ ਗੁਰੂ ਕੇ ਮਹਿਲਾ ਨਿਭਾਵ ਇੱਛਾ ਪ੍ਰਗਟ ਕੀਤੀ ਬੱਚੇ ਦੀ, ਜਦੋਂ ਇੱਛਾ ਪ੍ਰਗਟ ਕੀਤੀ ਅਤੇ ਕਹਿੰਦੇ ਗੁਰੂ ਸਾਹਿਬ ਨੇ ਕਹਿਤਾ ਬੀੜ ਦੇ ਵਿੱਚ ਰਹਿੰਦੇ ਨੇ ਬਾਬਾ ਬੁੱਢਾ ਜੀ, ਤੂੰ ਉਹਨਾਂ ਕੋਲ ਜਾ ਉਹ ਤੈਨੂੰ ਵਰ ਦੇਣਗੇ। ਪਹਿਲੀ ਗੱਲ ਤਾਂ ਗੁਰਮਤ ਦੇ ਕੰਸੈਪਟ ਵਿੱਚ ਹੀ ਨਹੀਂ ਇਹ ਵਰ ਸਥਾਪਤ। ਫਿਰ ਕਹਿੰਦੇ ਮਾਤਾ ਜੀ ਰਥਾਂ 'ਤੇ ਬੈਠ ਕੇ ਨਾਲ ਸੇਵਾਦਾਰ ਦੀਆਂ ਲੈ ਕੇ ਅਤੇ ਜਿਸ ਵੇਲੇ ਗਏ ਕਹਿੰਦੇ ਜਦੋਂ ਕਹਿੰਦੇ ਬਾਬਾ ਜੀ ਨੇ ਦੇਖਿਆ ਦੂਰੋਂ ਵੀ ਧੂੜ ਜੀ ਉੱਠਦੀ ਆਉਂਦੀ ਹੈ, ਰੌਲਾ ਜਿਹਾ ਪੈਂਦਾ ਆਉਂਦਾ ਹੈ। ਬਾਬਾ ਜੀ ਨੇ ਕਹਿੰਦੇ ਆਪਣੇ ਸੇਵਕ ਨੂੰ ਪੁੱਛਿਆ ਭਾਈ ਉਹ ਵੀ ਧੂੜ ਜੀ ਉੱਠਦੀ ਆਉਂਦੀ ਹੈ, ਕਾਹਦਾ ਰੌਲਾ ਜਿਹਾ ਪੈਂਦਾ ਹੈ? ਕਹਿੰਦੇ ਸੇਵਕ ਨੇ ਦੱਸਿਆ ਉਹ ਤਾਂ ਗੁਰੂ ਕੇ ਮਹਿਲ ਆ ਰਹੇ ਹੈ, ਗੁਰੂ ਕੇ ਮਹਿਲ ਆ ਰਹੇ ਮਾਤਾ ਗੰਗਾ ਜੀ। ਕਹਿੰਦੇ ਬਾਬਾ ਜੀ ਕਹਿੰਦੇ ਇਹ ਗੁਰੂ ਕਿਆਂ ਨੂੰ ਕੀ ਭਾਜਣਾ ਪੈ ਗਈਆਂ, ਹੁਣ ਦੱਸੋ ਤੁਸੀਂ ਨਿੰਦਾ ਨਾ ਬਾਬਾ ਬੁੱਢਾ ਸਾਹਿਬ ਸੱਚ ਕੀ ਗੁਰੂ ਬਾਬਾ ਜੀ ਆਪਣਾ ਬਾਬਾ ਬੁੱਢਾ ਜੀ ਕੀ ਗੁਰੂ ਘਰ ਵਾਸਤੇ ਬਚਨ ਬਹੁਤ ਸਮਝਦੇ ਸੰਗਤ ਦੱਸੋ ਫੈਸਲਾ ਦਿਓ, ਫਿਰ ਨਿੰਦਾ ਨਾ ਜੀ। ਕਹਿੰਦੇ ਬਾਬਾ ਬੁੱਢਾ ਜੀ ਕਹਿੰਦੇ ਇਹ ਗੁਰੂ ਕਿਆਂ ਨੂੰ ਕੀ ਭਾਜਣਾ ਪੈ ਗਈਆਂ, ਇਹ ਗੁਰੂ ਕਿਆਂ ਇੱਦਾਂ ਇਹ ਲਫ਼ਜ਼ ਬਾਬਾ ਬੁੱਢਾ ਜੀ ਕਦੇ ਵੀ ਯਾਨੀ ਕਿ ਗੁਰੂ ਘਰ ਵਾਸਤੇ ਵਰਤ ਨਹੀਂ ਸਕਦੇ। ਦੇਖੋ ਤੁਸੀਂ ਕਿੱਦਾਂ ਦੀਆਂ ਗੱਲਾਂ ਜੋੜੀਆਂ, ਇਹ ਇਹ ਕਦੇ ਵੀ ਵਰਤ ਨਹੀਂ ਸਕਦੇ ਇਹ ਵਚਨ। ਤਾਂ ਕਿ ਇੱਦਾਂ ਫਿਰ ਮਾਤਾ ਜੀ ਨੂੰ ਤਾਂ ਸੇਵਕ ਨੇ ਰੋਕ ਦਿੱਤਾ ਵੀ ਮਾਤਾ ਜੀ ਮੁੜ ਜਾਓ, ਬਾਬਾ ਜੀ ਤਾਂ ਗੁੱਸੇ ਹੋ ਗਏ। ਕਹਿੰਦੇ ਫਿਰ ਮੁੜਿਆ ਏ ਅਤੇ ਗੁਰੂ ਸਾਹਿਬ ਨੇ ਪੁੱਛਿਆ ਅਤੇ ਕਹਿੰਦੇ ਅਸੀਂ ਤਾਂ ਬਰਲੈਂਡ ਦੀ ਬਜਾਇ ਸ਼ਰਾਬ ਹੀ ਲੈ ਕੇ ਆ ਗਏ। ਕੀ ਕਿਹਾ? ਕਹਿੰਦੇ ਆਈ ਕਿਹਾ ਗੁਰੂ ਕਿਆਂ ਨੂੰ ਕੀ ਭਾਜਣਾ ਪੈ ਗਈਆਂ, ਆ ਕੇ ਦੱਸਿਆ। ਅਤੇ ਗੁਰੂ ਸਾਹਿਬ ਕਹਿੰਦੇ ਤੈਨੂੰ ਜਾਣਾ ਨਹੀਂ ਆਇਆ, ਤੂੰ ਨੰਗੇ ਪੈਰੀ ਆਈ। ਪਹਿਲੀ ਗੱਲ ਤਾਂ ਨੰਗੇ ਪੈਰੀ ਮੰਚ ਕੇ ਲਿਖਿਆ, ਪਰ ਰੁਕੇ ਤਾਂ ਆਪਣਾ ਕੀ ਆ ਕਮਾਉਣਾ। ਆਪਾਂ ਆ ਕੇ ਬਾਹਰ ਤਾਂ ਸੀਗਾ ਜੋੜੇ ਚੱਪਲਾਂ ਆਉਂਦੀਆਂ ਦਰਬਾਰ ਸਾਹਿਬ 'ਚ, ਹੁਣ ਤਾਂ ਵੱਖਰੀ ਗੱਲ ਹੈ। ਪਰ ਜੇ ਹੁਣ ਕੋਈ ਭੋਵੇਂ ਕੋਈ ਨੰਗੇ ਪੈਰੀ ਤੁਰੇ ਕੀ ਗੁਰਮਤ ਹੈ? ਸੋਚੋ ਗੁਰੂ ਸਾਹਿਬ ਜੀ ਕਹਿੰਦੇ ਤੂੰ ਨੰਗੇ ਪੈਰੀ ਜਾਈ, ਆਪ ਪ੍ਰਸ਼ਾਦੇ ਬਣਾ ਕੇ ਲੈ ਕੇ ਜਾਈ, ਗੰਢਾ ਲੈ ਕੇ ਜਾਈ, ਇਹ ਸਾਰਾ ਤੂੰ ਸੁਣਿਆ। ਕਹਿੰਦੇ ਫਿਰ ਜਦੋਂ ਦੂਸਰੇ ਦਿਨ ਏਦਾਂ ਆਏ ਫਿਰ ਕਹਿੰਦੇ ਜਾਣੀ ਕਿ ਗੰਢਾ ਭੰਨ ਕੇ ਬਣ ਦਿੱਤਾ ਵੀ ਏਦਾਂ ਜਾਣ ਦੇ ਸਿਰ ਭੰਨਿਆ ਤੁਹਾਨੂੰ ਇਹ ਹੋਊ ਏਦਾਂ ਹੋਊਗਾ।
ਹੁਣ ਇਸ ਗੱਲ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਹਾਂਜੀ, ਹੁਣ ਇਹ ਤਾਂ ਹੈ ਜਾਣੀ ਕਿ ਜਿਹੜੀ ਕਹਾਣੀ ਬਣਾਈ ਗਈ ਹੈ। ਹੁਣ ਗੁਰੂ ਅਰਜਨ ਸਾਹਿਬ ਜੀ ਗੁਰਬਾਣੀ ਵਿੱਚ ਕੀ ਕਹਿੰਦੇ ਨੇ, ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਬਾਅਦ ਸ਼ੁਕਰਾਨੇ ਦਾ ਸ਼ਬਦ ਹੈ ਜਿਹੜਾ, ਇਹ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚ ਦਰਜ ਹੈ। ਫੈਸਲਾ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਲਵਾਂਗੇ ਫੈਸਲਾ। ਚਲੋ ਜੀ, ਪੂਰਾ ਸ਼ਬਦ ਤੁਸੀਂ ਪੜ੍ਹ ਕੇ ਮੈਂ ਇਸ਼ਾਰਾ ਦੇ ਦੇਵਾਂ। ਸਤਿਗੁਰ ਸਾਚੈ ਦੀਆ ਭੇਟ, ਚਿਰ ਜੀਵਨ ਉਪਜਿਆ ਸੰਜੋਗ। ਇਸ ਸ਼ਬਦ ਦੀਆਂ ਸਮਾਪਤੀ ਦੀਆਂ ਪੰਕਤੀਆਂ ਕੀ ਹੈ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਲਓ ਜੀ, ਫੈਸਲਾ ਲਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹਦੇ ਵਿੱਚ ਕੋਈ ਉੱਚੀ ਛੰਨੀ ਬਾਤ ਨਹੀਂ, ਭਾਵ ਇਹਦੇ ਵਿੱਚ ਲੋਕਸ਼ਿਪ ਹੀ ਕੋਈ ਨਹੀਂ, ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਲੋਕਸ਼ਿਪ ਨਹੀਂ। ਉੱਚੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਇਹ ਗੁਰੂ ਪਰਮਾਤਮਾ ਨੇ ਖੁਸ਼ ਹੋ ਕੇ ਸਾਨੂੰ ਦਾਤ ਦਿੱਤੀ ਹੈ, ਇਹਦੇ ਵਿੱਚ ਕੋਈ ਲੋਕਸ਼ਿਪ ਨਹੀਂ। ਹੁਣ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਵਿੱਚ ਫੈਸਲਾ ਦਿੱਤਾ। ਹੁਣ ਗੁਰੂ ਅਰਜਨ ਸਾਹਿਬ ਜਿਹੜਾ ਆਪ ਫੈਸਲਾ ਦੇ ਰਿਹਾ ਗੁਰਬਾਣੀ 'ਚ, ਉਹ ਫੈਸਲਾ ਦੇ ਰਿਹਾ ਵੀ ਸਾਨੂੰ ਗੁਰੂ ਪਰਮਾਤਮਾ ਨੇ ਖੁਸ਼ ਹੋ ਕੇ ਦਾਤ ਦਿੱਤੀ ਹੈ, ਅਤੇ ਇਤਿਹਾਸ ਫੈਸਲਾ ਦੇ ਰਿਹਾ ਵੀ ਬਾਬਾ ਹੁੰਦਾ ਹੀ ਨਹੀਂ ਵਰ ਦਿੱਤਾ ਹੈ। ਆਪ ਜੀ ਦੱਸੋ, ਫੈਸਲਾ ਉੱਤਮ ਕਿਹਦਾ ਮੰਨਿਆ ਜਾਊਗਾ? ਗੁਰੂ ਗ੍ਰੰਥ ਸਾਹਿਬ, ਠੀਕ ਹੈ ਜੀ, ਸੁਪਰੀਮ ਕੋਰਟ, ਕਿਉਂਕਿ ਇਤਿਹਾਸ ਬੰਦਿਆਂ ਨੇ ਲਿਖਿਆ, ਜੋ ਮਰਜ਼ੀ ਕੋਈ ਲਿਖੀ ਚੱਲੇ, ਗੁਰਬਾਣੀ ਅਥੈਂਟਿਕ ਹੈ ਨਾ, ਗੁਰਬਾਣੀ ਸਭ ਤੋਂ ਉੱਪਰ ਹੈ ਨਾ। ਹੁਣ ਇਹ ਪੰਥ ਸੁਖਦੀਪ ਸਿੰਘ ਨੇ ਫੈਸਲਾ ਨਹੀਂ ਦਿੱਤਾ, ਅਤੇ ਦੱਸਦੇ ਹਾਂ ਵਾਰ ਵਾਰ ਵਾਸੀ ਗੱਲ ਕਹਿੰਦਾ ਹੁੰਦਾ ਹੈ, ਹਰ ਫੈਸਲਾ ਅਸੀਂ ਗੁਰਬਾਣੀ ਤੋਂ ਲੈਂਦੇ ਹਾਂ। ਗੁਰਬਾਣੀ ਨੇ ਫੈਸਲਾ ਦੇ ਦਿੱਤਾ, ਗੁਰੂ ਸਾਹਿਬ ਜੀ ਆਪ ਕਹਿ ਰਹੇ ਹੈ, ਕੋਈ ਲੋਕਸ਼ੇਪ ਵਾਲੀ ਗੱਲ ਨਹੀਂ ਇਹ, ਇਹਦੇ ਵਿੱਚ ਤਾਂ ਲੋਕਸ਼ੇਪ ਵਾਲੀ ਗੱਲ ਹੀ ਨਹੀਂ, ਕਹਿੰਦੇ ਕੋਈ ਸੁੱਕੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਸੋ ਸਿੱਧ ਹੋਇਆ ਵੀ ਇਹ ਜਿਹੜੀ ਕੱਚੀ ਕਹਾਣੀ ਹੈ, ਇਹ ਗੁਰਬਾਣੀ ਦੀ ਕਸਵੱਟੀ ਦੇ ਪੂਰੀ ਨਹੀਂ ਉਤਰਦੀ। ਇਹਦੇ ਵਿੱਚ ਗੁਰੂ ਸਾਹਿਬ ਦੀ ਨਿੰਦਾ ਵੀ ਕੀਤੀ ਹੈ, ਠੀਕ ਹੈ, ਬਾਬਾ ਬੁੱਢਾ ਜੀ ਮਹਾਨ ਸ਼ਖਸੀਅਤ ਨੇ, ਪਰ ਗੁਰੂ ਗੁਰੂ ਹੈ ਅਤੇ ਸਿੱਖ ਸਿੱਖ ਹੈ, ਇਹ ਤਾਂ ਅਸੀਂ ਮੰਨਦੇ ਹਾਂ ਨਾ, ਅਤੇ ਸਿੱਖ ਗੁਰੂ ਨੂੰ ਮੰਨਦੇ। ਅਤੇ ਗੁਰੂ ਸਾਹਿਬ ਕੀ ਕਹਿੰਦੇ, ਮਾਨਕ ਕੀ ਟੇਕ ਬ੍ਰਿਤੀ ਸਭ ਜਾਣ ਦੇਵਨ ਕਹੋ, ਇੱਕ ਹੈ ਭਗਵਾਨ। ਅਤੇ ਗੁਰੂ ਜੀ ਆਪਣੇ ਮਹਿਲਾਂ ਨੂੰ ਕਿਵੇਂ ਕਹਿ ਸਕਦੇ ਜੀ ਬਾਬਾ ਬੁੱਢਾ ਜੀ ਪੁੱਤ ਦੇ, ਤਾਂ ਮਾਨ ਜੀ ਕਹਿੰਦੇ ਭਾਈ ਜੇ ਨਾਂ ਤੇ ਪਰਮਾਤਮਾ ਹੀ ਹੈ, ਇਹ ਥੋੜ੍ਹਾ ਗੁਰੂ ਸਾਹਿਬ ਜੀ ਆਪਾਂ ਨੂੰ ਉਪਦੇਸ਼ ਕਰਨ ਵੀ ਦੇਣ ਵਾਲਾ ਪਰਮਾਤਮਾ ਹੀ ਹੈ, ਅਤੇ ਆਪਣੇ ਮਹਿਲਾਂ ਨੂੰ ਕਹਿਣ ਕਿ ਤੁਸੀਂ ਵਰਤੋਂ ਜਾਂਦੇ। ਉਹ ਤਾਂ ਗੁਰਬਾਣੀ ਕੀ ਕਹਿੰਦੇ, ਇੱਕੋ ਹੀ ਪਰਮਾਤਮਾ ਦੇ ਅਨੁਵਾਦ ਹੈ, ਜੇ ਦੁਆਲੇ ਪੰਥੀ ਪੜ੍ਹ ਲਓ, ਸੁਖ ਨਿਸ਼ਾਚ ਪੜ੍ਹਦੇ ਹਾਂ ਨਾ ਆਪਾਂ, ਮਾਨੁਖ ਕੀ ਟੇਕ ਬ੍ਰਿਤੀ ਸਭ ਜਾਣ ਦੇਵਨ ਕਹੋ, ਇਹ ਕਹਿ ਭਗਵਾਨ। ਕੋਈ ਇੱਕ ਦਾਤੇ ਤੋਂ ਬਿਨਾਂ ਦੂਜਾ ਦਾਤੇ ਨਹੀਂ, ਕੋਈ ਗੁਰ ਪਰਮੇਸ਼ਰ ਇੱਕੋ ਜਾਣ, ਨਾਨਕੇ ਕੀ ਆਪਣਾ ਦੂਜਾ ਦਾਤਣਾ, ਦਾਦਾ ਦਾਤਾ ਇਹ ਕਹਿ ਸਭ ਤੋਂ ਦੇਵਨ ਹਾਰ, ਦੇਵੇ ਤੋਂ ਉੱਠਣਾ ਆਪ ਜੀ ਅਨੰਤ ਭਰੇ, ਪਰ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ, ਦੂਜਾ ਤਾਂ ਦਾਤਾ ਹੀ ਨਹੀਂ ਕੋਈ। ਅਤੇ ਗੁਰੂ ਸਾਹਿਬ ਇਹ ਕਦੇ ਨਹੀਂ ਕਹਿ ਸਕਦੇ ਵੀ ਤੁਸੀਂ ਕਿਤੇ ਜਾ ਕੇ ਵਰ ਲਓ। ਮੈਨੂੰ ਇਹ ਲੱਗਦਾ ਵੀ ਇੱਦਾਂ ਦੀਆਂ ਕਹਾਣੀਆਂ ਜੀ ਮੁੰਡੇ ਦੇ ਨਾਲ ਮਾਪਿਆਂ ਨੇ ਪੜ੍ਹਾਂਗੇ, ਗੁਰੂ ਸਾਹਿਬ ਨਾਲ ਜੋੜਤੀਆਂ, ਜਾਂ ਦੇਖੋ ਜੀ ਦਿੱਤਾ ਸੀ, ਅਤੇ ਇਹ ਇੱਥੋਂ ਜਾਣੀ ਕਿ ਸੇਵਾ ਵਾਲੇ ਫੈਲੇ ਲੱਗਦੇ ਆ, ਸੇਵਾ ਵਾਲੇ ਵੀ ਦੇਖੋ ਬਾਬਾ ਬੁੱਢਾ ਜੀ ਨੇ ਵਰ ਦਿੱਤਾ। ਉੱਥੇ ਇੱਕ ਹੋਰ ਵੀ ਨਾ ਕਿ ਬੜੀ ਦੁਖਦਾਈ ਗੱਲ ਲਿਖੀ, ਮੈਂ ਦੱਸ ਦੇਵਾਂ, ਕਹਿੰਦੇ ਤੋਂ ਬਾਬਾ ਬੁੱਢਾ ਜੀ ਨੇ ਵਰ ਦਿੱਤਾ ਨਾ ਪੁੱਤਰ ਦਾ, ਕਹਿੰਦੇ ਨਾਲ ਦੀ ਨਾਲ ਮਾਤਾ ਜੀ ਦਾ ਪੇਟ ਖੁੱਲ ਗਿਆ, ਲਿਖਿਆ ਹੋਇਆ ਉੱਥੇ, ਕਹਿੰਦੇ ਪੇਟ ਖੁੱਲ ਗਿਆ, ਕਹਿੰਦੇ ਪੇਟ ਖੁੱਲੇ ਹੋਏ ਆਏ, ਪੇਟ ਖੁੱਲੇ, ਅਤੇ ਕਹਿੰਦੇ ਗੁਰੂ ਸਾਹਿਬ ਜੀ ਨੇ ਖੁਸ਼ੀ ਫੁੱਲਾਂ ਦੀ ਵਰਖਾ ਕੀਤੀ, ਇਹ ਕੀਤੀ, ਕਹਿੰਦੇ ਕਿ 9 ਮਹੀਨਿਆਂ ਦੇ ਬਾਅਦ ਉਹ ਜਾਣੀ ਕਿ ਹਵਾ ਖਾਰਜ ਹੋ ਗਈ, ਅਤੇ ਆਕਾਸ਼ ਤੋਂ ਉੱਤੋਂ ਉੱਤੋਂ ਵਿਸ਼ਨੂੰ ਉਤਰਿਆ, ਕਹਿੰਦੇ ਉਹ ਮਾਤਾ ਜੀ ਦੇ ਕੋਲੇ, ਕਹਿੰਦੇ ਗੁਰੂ ਹਰਗੋਬਿੰਦ ਆਪਣਾ ਹਰਗੋਬਿੰਦ ਸਾਹਿਬ ਬਣ ਕੇ ਬੈਠ ਗਿਆ।
ਤੋਂ ਗੁਰੂ ਦਾ ਬਾਦ ਵਿੱਚ ਬੋਲਣ ਦੀ ਸ਼ੋਭ ਤੋਂ ਹਰ ਦੇਖੋ ਕਹਿੰਦੇ ਆਕਾਸ਼ ਤੋਂ ਵਿਸ਼ਨੂੰ ਉਤਰਿਆ ਅਤੇ ਉਹ ਹਰਗੋਬਿੰਦ ਸਾਹਿਬ ਬਣ ਕੇ ਮਾਤਾ ਦੀ ਗੋਦ ਵਿੱਚ ਪੈ ਗਿਆ ਅਤੇ ਉਹ ਵੀ ਖੂਬ ਭਰੀ ਹੋਈ ਸੀ ਕਹਿੰਦੇ ਇਹ ਜਿਹਾ ਝੂਠ ਮਾਰ ਲੱਗਿਆ ਵਿਚਾਰ ਕਰੋ ਤੁਸੀਂ ਸੋਚੋ ਜਰਾ ਏਦਾਂ ਦੀਆਂ ਕੱਚੀਆਂ ਕਹਾਣੀਆਂ ਨਾਲ ਸਾਡਾ ਕੋਈ ਸੰਬੰਧ ਨਹੀਂ ਅਸੀਂ ਫੈਸਲਾ ਕਿਉਂਕਿ ਜਿਹੜਾ ਫੈਸਲਾ ਬਣ ਚ ਕਰਤਾ ਹੈ ਇਹ ਸਾਨੂੰ ਤੋਂ ਭਰੇ ਖੇਡਣਾ ਚਾਹੀਦਾ ਜਦੋਂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਸ਼ੁਕਰਾਨੇ ਦਾ ਸ਼ਬਦ ਬਾਣੀ 'ਚ ਦੱਸ ਗਿਆ ਸਾਨੂੰ ਫਿਰ ਹੋਰ ਆਸੇ ਪਾਸੇ ਹੱਥ ਮਾਰਨ ਦੀ ਲੋੜ ਨਹੀਂ ਹੈ ਚਲੋ ਇੱਥੋਂ ਇਹ ਸੀ ਯਾਨੀ ਕਿ ਜੋ ਬਾਬਾ ਬੁੱਢਾ ਜੀ ਦੇ ਨਾਲ ਇੱਕ ਇੱਕ ਕਹਾਣੀ ਜੋੜ ਦਿੱਤੀ ਗਈ ਅਤੇ ਬਾਬਾ ਬੁੱਢਾ ਜੀ ਦੇ ਮੂੰਹ ਤੋਂ ਕਿਸੇ ਦੁਖੀ ਨੇ ਕਹਾ ਦਿੱਤਾ ਵੀ ਗੁਰੂ ਕਹਿਣ ਕੀ ਭਾਜਣਾ ਪੈ ਗਈਆਂ ਬਾਬਾ ਜੀ ਗੁਰੂ ਘਰ ਵਾਸਤੇ ਇਹਨਾਂ ਦੇ ਵਚਨ ਕਦੇ ਨਹੀਂ ਬੋਲ ਸਕਦੇ ਕਿਉਂਕਿ ਉਹ ਮਹਾਨ ਸਾਖੀ ਆਪਣੇ ਬੜੇ ਸੁਲਝੇ ਹੋਏ ਨੇ ਉਹ ਗੁਰੂ ਘਰ ਨੂੰ ਇਹਦੇ ਬੋਲ ਸਕਣਗੇ ਤਾਂ ਚਲੋ ਉਹ ਵਿਚਾਰ ਜੀ ਇਹ ਰਿਹਾ ਜਾਣੀ ਕਿ ਜੋ ਕੱਚੀ ਕਹਾਣੀ ਪ੍ਰਚਲਿਤ ਸੀ ਉਹਦਾ ਆਪਾਂ ਖੰਡਨ ਕੀਤਾ ਗੁਰਬਾਣੀ ਦੇ ਗਿਆਨ ਦੇ ਪ੍ਰਕਾਸ਼ ਵਿੱਚ ਆਪਣੀ ਜਿਹੜੀ ਕਿਸੇ ਦਲੀਲ ਦੇ ਨਾਲ ਅਸੀਂ ਖੰਡਨ ਨਹੀਂ ਕੀਤਾ ਖੰਡਨ ਕੀਤਾ ਕੱਚੀ ਕਹਾਣੀ ਦਾ ਗੁਰਬਾਣੀ ਗੁਰਮਤ ਦਲੀਲ ਦੇ ਨਾਲ ਕਿਉਂਕਿ ਇੱਥੋਂ ਤੱਕ ਬਾਬਾ ਬੁੱਢਾ ਜੀ ਬਾਰੇ ਜੋ ਆਪਾਂ ਵਿਚਾਰ ਕਰਨੀ ਉਹ ਸੰਖੇਪ ਦੇ ਵਿੱਚ ਕਰ ਲਈ ਕਿਉਂਕਿ ਵਿਸਥਾਰ ਪਹਿਲਾਂ ਵੀ ਹੋ ਗਿਆ ਫਿਰ ਇਹ ਜੋ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਜੋ ਸੰਪੂਰਨ ਹੋਏ ਫਿਰ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕੀਤੀ ਦਸਮੇਸ਼ ਪਿਤਾ ਜੀ ਨੇ ਫਿਰ ਆਪ ਜੀ ਨੂੰ ਪਤਾ ਹਜ਼ੂਰ ਸਾਹਿਬ ਗੁਰਗੱਦੀ ਇਹ ਸੁਸ਼ੋਭਿਤ ਕੀਤਾ ਗੁਰਬਾਣੀ ਨੂੰ ਤਾਂ ਕਿ ਇਹਦੇ ਬਾਰੇ ਵੀ ਇੱਕੋ ਹੀ ਗੱਲ ਪਹਿਲਾਂ ਸੰਖੇਪ ਹੋਇਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਕਰਕੇ ਮੰਨਣਾ ਪਿਛਲੀ ਹਾਲਤ ਵੀ ਦਸ ਨੇ ਗੱਲ ਕੀਤੀ ਸੀ ਚਲੋ ਸੰਬੰਧ ਦਿਹਾੜੇ ਵਿੱਚ ਸਾਰਿਆਂ ਤੋਂ ਵੱਡੀ ਗੱਲ ਆਪਾਂ ਇਹ ਸਮਝ ਲਈਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ ਤਰ੍ਹਾਂ ਮੰਨਣਾ ਹੈ ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਹੋਰਾਂ ਕੀ ਦੇ ਇਹਦਾ ਅਰਥ ਕੀ ਹੈ ਦੁਬਾਰਾ ਸਮਝ ਲਓ ਭਾਵ ਕਿ ਪਿਛਲੀ ਹਾਲ ਵੀ ਦਸ ਨੇ ਕੀਤੀ ਸੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਰਤੀ ਦੀ ਤਰ੍ਹਾਂ ਨਹੀਂ ਪੂਜਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਕਰਕੇ ਮੰਨਣਾ ਹੈ ਹੁਣ ਪ੍ਰਗਟ ਹੋਰਾਂ ਕੀ ਦੇਹ ਦਾ ਇਹ ਅਰਥ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਹੱਡ ਵਾਸਤੇ ਦੇਹ ਹੈ ਕਿਉਂ ਜਿਹੜੇ ਪ੍ਰਗਟ ਹੋਰਾਂ ਦੀ ਦੇਹ ਦਾ ਅਰਥ ਨਹੀਂ ਸਮਝ ਰਹੇ ਸਾਡੇ ਭੈਣ ਭਰਾ ਉਹ ਕੋਈ ਦਾਤਣ ਰੱਖਦਾ ਕੋਈ ਗੜਬਾ ਰੱਖਦਾ ਕਈ ਬਾਬੇ ਕਹਿੰਦੇ ਜੀ ਬ੍ਰੇਕਫਾਸਟ ਕਰਾਉਂਦੇ ਹੈ ਲੰਚ ਕਰਾਉਂਦੇ ਡਿਨਰ ਕਰਾਉਂਦੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਗੁਰੂ ਗ੍ਰੰਥ ਸਾਹਿਬ ਹੱਡ ਵਾਸਤੇ ਦੇਹ ਨਹੀਂ ਪ੍ਰਗਟ ਹੋਰਾਂ ਦੀ ਦੇਹ ਦਾ ਕੀ ਅਰਥ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਕਰਕੇ ਮੰਨਣਾ ਹੈ ਜਿਵੇਂ ਕਿ ਆਪਾਂ ਬਚਨ ਸੁਣਦੇ ਹੁੰਦੇ ਹਾਂ ਦੇਹ ਤੋਂ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਹਜ਼ੂਰੀ ਵਿੱਚ ਬੈਠ ਕੇ ਸ਼ਬਦ ਦੀ ਵਿਚਾਰ ਨੂੰ ਸੁਣਨਾ ਹੈ ਵੀ ਗੁਰੂ ਸਾਹਿਬ ਜੀ ਕੀ ਕਹਿ ਰਹੇ ਹੈ ਧਿਆਨ ਲਾ ਕੇ ਸ਼ਬਦ ਦੀ ਵਿਚਾਰ ਸੁਣਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਮੰਨਣਾ ਹੈ ਇੱਕ ਜਾਣੀ ਕਿ ਉਦਾਹਰਨ ਵੀ ਦੇ ਦੇਵਾਂ ਗੱਲ ਸਮਝ ਵਿੱਚ ਆ ਜਾਵੇ ਜਿਵੇਂ ਕਿ ਕਿਸੇ ਡੱਬੀ ਦੇ ਵਿੱਚ ਖੁਸ਼ਬੂ ਬਣਦਾ ਹੈ ਡੱਬੀ ਹੈ ਉਹਦੇ ਵਿੱਚ ਖੁਸ਼ਬੂ ਬਣਦਾ ਹੈ ਡੱਬੀ ਦਾ ਢੱਕਣ ਖੋਲ੍ਹਿਆ ਖੁਸ਼ਬੂ ਪ੍ਰਗਟ ਹੁੰਦੀ ਹੈ ਡੱਬੀ ਦਾ ਢੱਕਣ ਖੋਲ੍ਹਿਆ ਖੁਸ਼ਬੂ ਪ੍ਰਗਟ ਹੋ ਗਈ ਸ਼ਬਦ ਨੂੰ ਖੋਲ੍ਹਿਆ ਗੁਰੂ ਪ੍ਰਗਟ ਹੁੰਦਾ ਹੈ ਸ਼ਬਦ ਨੂੰ ਖੋਲ੍ਹਣ ਦਾ ਕੀ ਅਰਥ ਹੈ ਸ਼ਬਦ ਦੀ ਵਿਚਾਰ ਕਰਨੀ ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਖੋਲ ਕੇ ਸਮਝਾਓ ਸੋ ਸ਼ਬਦ ਨੂੰ ਖੋਲ੍ਹਣ ਦਾ ਭਾਵ ਕੀ ਹੋਇਆ ਸ਼ਬਦ ਦੀ ਵਿਚਾਰ ਕਰਨੀ ਡੱਬੀ ਦਾ ਢੱਕਣ ਖੋਲ੍ਹਿਆ ਖੁਸ਼ਬੂ ਪ੍ਰਗਟ ਹੁੰਦੀ ਹੈ ਸ਼ਬਦ ਨੂੰ ਖੋਲ੍ਹਿਆ ਭਾਵ ਕਿ ਸ਼ਬਦ ਦੀ ਵਿਚਾਰ ਕੀਤਿਆਂ ਗੁਰੂ ਪ੍ਰਗਟ ਹੁੰਦਾ ਹੈ ਗੁਰ ਸ਼ਬਦ ਦੀ ਵਿਚਾਰ ਹੀ ਗੁਰੂ ਦਾ ਪ੍ਰਗਟ ਸਰੂਪ ਹੈ ਗੁਰਬਾਣੀ ਦੀ ਵਿਚਾਰ ਨੂੰ ਮੰਨਣਾ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਕਰਕੇ ਮੰਨਣਾ ਹੈ ਸੋ ਅੱਜ ਇਹ ਗੁਰਗੱਦੀ ਦੇ ਉੱਤੇ ਸੇਧ ਲੈ ਦਿਓ ਵੀ ਕਿਵੇਂ ਮੰਨਣਾ ਹੈ ਤਾਂ ਇੱਕ ਇੱਕ ਸਹਿਜ ਪਾਠ ਘੱਟੋ ਘੱਟ ਅਰਥਾਂ ਸਮੇਤ ਕਰੋ ਸਾਰੇ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਉਪਦੇਸ਼ ਦੇ ਰਹੇ ਹੈ।
ਆਪਣੇ ਗੁਰੂ ਦਾ ਦਰਸ਼ਨ ਕਰੋ। ਦਰਸ਼ਨ ਕਦੋਂ ਹੁੰਦਾ ਹੈ? ਜਦੋਂ ਸ਼ਬਦ ਦੀ ਵਿਚਾਰ ਕਰਦੇ ਹਾਂ। ਤਿੰਨ ਨਿਹੋ ਨਤਾਰਾ ਪਸੇਤੀ ਦੇਖਣੇ ਵਿਚਾਰ, ਵਿਚਾਰ ਦੇ ਰਾਜ ਹੁਸ਼ਿਆਰੀ ਹੈ, ਉਹਨਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ ਜਿਹੜੇ ਵਿਚਾਰ ਦੁਆਰਾ ਗੁਰੂ ਦਾ ਦਰਸ਼ਨ ਕਰਦੇ ਹੈ। ਦੇਖਣੇ ਵਿਚਾਰ, ਦਰਸ਼ਨ ਕਿਵੇਂ ਕਰਦੇ ਗੁਰੂ ਦਾ? ਵਿਚਾਰ ਦੁਆਰਾ। ਪਿਛਲੀ ਹਾਜ਼ਰੀ ਦੀ ਗੱਲ ਤਾਂ ਹੋ ਗਈ ਸੀ ਥੋੜ੍ਹੀ ਜਿਹੀ। ਦਤਿਕ ਪ੍ਰਮਾਣ ਹੋਰ ਲੈ ਲਓ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇਗੀ ਚਿੱਚਰ ਸ਼ਬਦ ਨਾ ਕਰੇ ਵਿਚਾਰ। ਭਾਈ ਇਹਨਾਂ ਸੰਤੂਲ ਅੱਖਾਂ ਦੇ ਨਾਲ ਤਾਂ ਹਰ ਕੋਈ ਗੁਰੂ ਨੂੰ ਵੇਖ ਲੈਂਦਾ। ਗੁਰੂ ਵੇਖਣ ਦਾ ਵਿਸ਼ਾ ਨਹੀਂ, ਗੁਰੂ ਸੁਣਨ ਦਾ ਵਿਸ਼ਾ। ਧਿਆਨ ਲਾ ਕੇ ਸੁਣਨਾ ਹੀ ਗੁਰੂ ਦਾ ਦਰਸ਼ਨ ਹੈ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇਗੀ। ਇਹਨਾਂ ਅੱਖਾਂ ਦੇ ਨਾਲ ਵੇਖ ਕੇ ਜੀ ਮੁਕਤੀ ਨਹੀਂ ਹੋ ਜਾਂਦੀ ਚਿੱਚਰ ਸ਼ਬਦ ਨਾ ਕਰੇ ਵਿਚਾਰ। ਜਿੱਚਰ ਦਾ ਭਾਵ ਜਿੰਨੀ ਦੇਰ ਅਸੀਂ ਗੁਰੂ ਜੀ ਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ, ਉਹਨੀ ਦੇਰ ਗੁਰੂ ਦਾ ਦਰਸ਼ਨ ਨਹੀਂ ਹੋਇਆ। ਸੋ ਭਾਈ, ਗੁਰੂ ਦਾ ਦਰਸ਼ਨ ਕਰਿਆ ਤਾਂ ਸ਼ਬਦ ਦੀ ਵਿਚਾਰ ਸਤਿਗੁਰ ਦਾ ਦਰਸ਼ਨ ਹੈ, ਅਤੇ ਗੁਰੂ ਦਾ ਦਰਸ਼ਨ ਕਰਕੇ ਹੀ ਜੀਵਨ ਜਿਉਣਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸੋ ਗੁਰਬਾਣੀ ਦੀ ਵਿਚਾਰ ਕਰਕੇ ਹੀ ਸੱਚੇ ਗਿਆਨ ਪ੍ਰਾਪਤ ਜੀਵਨ ਜਿਉਣਾ। ਗੁਰੂ ਦਾ ਦਰਸ਼ਨ ਦੇਖ ਕੇ ਜੀਵਨ ਜਿਉਣਾ ਭਾਈ, ਅਤੇ ਸਾਡੇ ਜੀਵਨ ਦੇ ਵਿੱਚੋਂ ਪਕਾਈਆਂ ਨਿਕਲ ਜਾਂਦੀਆਂ, ਸਾਡੇ ਕਰਮ ਦੇ ਵਿੱਚ ਪੂਰਨਤਾ ਆ ਜਾਂਦੀ ਹੈ, ਸਾਰੀਆਂ ਗਲਤੀਆਂ ਸਾਡੇ ਜੀਵਨ 'ਚੋਂ ਨਿਕਲ ਜਾਂਦੀਆਂ। ਇਸ ਕਰਕੇ ਇੱਥੋਂ ਤੱਕ ਆਪਾਂ ਇਹ ਦੋਵੇਂ ਤਿਉਹਾਰਾਂ 'ਤੇ ਸੰਖੇਪ ਦੇ ਵਿੱਚ ਗੱਲ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਕਰਕੇ ਮੰਨੋ, ਗੁਰਗੱਦੀ ਦੇ ਉੱਤੇ ਵਿਸ਼ੇਸ਼ ਯਾਨੀ ਕਿ ਆਪਾਂ ਮੱਥ ਲੈ ਕੇ ਜਾਈਏ, ਅਤੇ ਜੋ ਬਾਬਾ ਬੁੱਢਾ ਸਾਹਿਬ ਨਾਲ ਸੰਬੰਧਿਤ ਆਪਾਂ ਕੁਝ ਗੱਲਾਂ ਕਰ ਲਈਆਂ ਵੀ ਕਿੰਨੀ ਜੋਤ ਸੀ ਸਮੇਂ ਦੀ, ਖੂਬ ਦਾ ਜਲੂਸ ਕੱਢਿਆ, ਅਤੇ ਫਿਰ ਗੁਰੂ ਘਰ ਦੇ ਗ੍ਰੰਥੀ ਥਾਪੇ ਗਏ, ਭਾਵ ਸਾਨੂੰ ਸਿੱਖਿਆ ਮਿਲ ਗਈ ਕਿ ਗ੍ਰੰਥੀ ਯੋਗ ਹੋਵੇ, ਜਾਣਕਾਰ ਹੋਵੇ, ਅਤੇ ਫਿਰ ਨਾਲ ਨਾਲ ਜਿਹੜੀ ਸੱਚੀ ਕਹਾਣੀ ਸੀ ਉਹਦਾ ਆਪਾਂ ਖੰਡਨ ਕਰਤਾ ਗੁਰਬਾਣੀ ਗਿਆਨ ਦੇ ਦੁਆਰਾ। ਇੱਥੋਂ ਤੱਕ ਇਹ ਵਿਚਾਰ ਪੂਰੀ ਹੋ ਗਈ। ਆਓ ਹੁਣ ਆਪਾਂ ਗੁਰਬਾਣੀ ਦੇ ਵਿੱਚੋਂ ਇੱਕ ਸ਼ਬਦ ਲੈ ਕੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਲੰਗ ਮਹਿਲਾ ਪੰਜਵਾਂ ਧਰਤੀ ਜਾ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕਉ ਦੇ ਦਾਨ ਰਹਾਉ, ਤੂੰ ਕਾਹੇ ਡੋਲਹੇ ਪ੍ਰਾਣੀਆਂ, ਤੁਧ ਰਾਖੈਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨ ਉਪਾਈ ਮਿਹਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ, ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ, ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਤਿਲੰਗਰਾਬ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਆਪਾਂ ਨੇ ਪੜ੍ਹਿਆ ਹੈ। ਤਿਲੰਗ ਮਹਿਲਾ ਪੰਜਵਾਂ ਘਰ ਤੀਜਾ, ਜੋ ਸੁਰਤਾਲ ਦੇ ਤੀਜੇ ਘਰ ਵਿੱਚ ਗਾਇਆ ਜਾਂਦਾ ਹੈ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਗੁਰੂ ਜੀ ਪ੍ਰਮਾਣ ਕਰਦੇ ਹਨ ਕਿ ਜੋ ਸਾਹਿਬ ਹੈ, ਸਾਹਿਬ ਦਾ ਅਰਥ ਮਾਲਕ ਪਰਮਾਤਮਾ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਉਹ ਜੋ ਸਾਹਿਬ ਹੈ, ਮਾਲਕ ਹੈ, ਉਹ ਬੜਾ ਮਿਹਰਬਾਨ ਹੈ, ਬੜੀ ਕਿਰਪਾ ਕਰਨ ਵਾਲਾ ਹੈ, ਬੜੀ ਬਖਸ਼ਿਸ਼ ਕਰਨ ਵਾਲਾ ਹੈ। ਮਿਹਰਬਾਨ ਸਾਹਿਬ, ਮਿਹਰਬਾਨ ਇਹ ਦੁਹਰਾ ਕੇ ਕਹਿੰਦੇ ਨੇ, ਸਾਹਿਬ ਮੇਰਾ ਮਿਹਰਬਾਨ,
ਉਹ ਜੀ ਮੇਰਾ ਸਾਹਿਤ ਹੈ, ਮੇਰਾ ਮਾਲਕ ਹੈ, ਮੇਰਾ ਪਰਮਾਤਮਾ ਹੈ, ਉਹ ਬੜਾ ਮਿਹਰਬਾਨ ਹੈ, ਬੜਾ ਕਿਰਪਾਲੂ ਹੈ। ਜੀ ਸਗਲ ਕਉ ਦੇ ਦਾਨ ਰਹਾਉ, ਉਹ ਸਾਰਿਆਂ ਜੀਵਾਂ ਦੇ ਉੱਤੇ ਬਖਸ਼ਿਸ਼ ਕਰਨ ਵਾਲਾ ਹੈ, ਸਾਰਿਆਂ ਜੀਵਾਂ ਨੂੰ ਬਖਸ਼ਿਸ਼ ਰੂਪੀ ਦਾਨ ਦੇਣ ਵਾਲਾ ਹੈ। ਜੀ ਸਗਲ ਕਉ ਦੇ ਦਾਨ ਰਹਾਉ, ਤੂੰ ਕਾਹੇ ਡੋਲਹੇ ਪ੍ਰਾਣੀਆਂ, ਤੁਧ ਰਾਖੇਗਾ ਸਿਰ ਜਨਹਾਰ। ਐ ਪ੍ਰਾਣੀ ਤੂੰ ਕਾਹੇ ਡੋਲਦਾ, ਇਸਤਰੀ ਪੁਰਸ਼ ਸਾਰੇ ਪ੍ਰਾਣੀਆਂ ਚ ਆ ਗਏ। ਐ ਪ੍ਰਾਣੀ ਤੂੰ ਡੋਲਦਾ ਕਰਦੇ ਹੈ, ਤੂੰ ਕਾਹੇ ਡੋਲਹੇ ਪ੍ਰਾਣੀਆਂ, ਤੂੰ ਰਾਖੇਗਾ ਸਿਰਜਣਹਾਰ, ਤੈਨੂੰ ਤੇਰਾ ਰਚਣ ਵਾਲਾ ਮਾਲਕ ਰੱਖੇਗਾ। ਤੂੰ ਡੋਲਦਾ ਕਰਦੇ ਹੈ, ਅਸੀਂ ਡੋਲਦੇ ਕਦੋਂ ਹਾਂ? ਇਸ ਪੰਗਤੀ 'ਤੇ ਰੁਕ ਕੇ ਥੋੜ੍ਹੀ ਜਿਹੀ ਵਿਆਖਿਆ ਕਰਨ ਲੱਗੇ, ਹੁਣ ਧਿਆਨ 'ਚ ਰੱਖਿਓ ਸ਼ਬਦ ਨੂੰ ਜੀ। ਇਸ ਪੰਗਤੀ 'ਤੇ ਆਪਾਂ ਰੁਕ ਗਏ, ਅਗਲੀਆਂ ਪੰਗਤੀਆਂ ਬਾਅਦ 'ਚ ਉਚਾਰ ਕਰਾਂਗੇ। ਆਪਣੀ ਪੰਗਤੀ ਕੀ ਹੈ? ਤੂੰ ਕਾਹੇ ਡੋਲਹੇ ਪ੍ਰਾਣੀਆਂ, ਤੂੰ ਰਾਖੇਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀ ਆ ਸੋਈ ਦੇ ਆਧਾਰ। ਜਿਸ ਪਰਮਾਤਮਾ ਤੈਨੂੰ ਪੈਦਾ ਕੀਤਾ ਹੈ, ਉਹੀ ਤੈਨੂੰ ਆਸਰਾ ਦੇਣ ਵਾਲਾ ਹੈ, ਹੋਰ ਕੋਈ ਆਸਰਾ ਨਾ ਤੱਕੀ। ਅਤੇ ਤੂੰ ਕਿਉਂ ਡੋਲਦਾ? ਤੈਨੂੰ ਤੇਰਾ ਰਚਣ ਵਾਲਾ ਮਾਲਕ ਰੱਖੇਗਾ। ਹੁਣ ਡੋਲਣ 'ਤੇ ਥੋੜ੍ਹੀ ਜਿਹੀ ਵਿਆਖਿਆ ਕਰਦੇ ਹਾਂ। ਆਪਾਂ ਡੋਲਦੇ ਕਦੋਂ ਹਾਂ? ਜਦੋਂ ਆਪਣੇ ਮਨ ਨੇ ਕੋਈ ਭਰਮ ਪਾੜ ਲਿਆ। ਜਿਨ੍ਹਾਂ ਕੋਲ ਸੱਚਾ ਗਿਆਨ ਨਹੀਂ, ਉਹ ਡੋਲਦੇ ਰਹਿੰਦੇ ਆ। ਭਰਮਾਂ ਡੋਲ ਦੀਗਲ ਡੋਲਾ ਪਾਉ ਲਾਉ, ਜੋ ਮਣ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਕੀਨੇ ਵਿਸਰਾਮਾ। ਕਹਿੰਦੇ ਓਨੀ ਦੇਰ ਅਸੀਂ ਡਿੱਗ ਡੋਲੇ ਖਾਂਦੇ ਹਾਂ, ਦੀਗਲ ਡੋਲਾ ਪਾਉ ਲਉ, ਓਨੀ ਦੇਰ ਤੱਕ ਅਸੀਂ ਡਿੱਗ ਡੋਲੇ ਖਾਂਦੇ ਹਾਂ, ਜੋ ਮਣ ਕੇ ਭਰਮਾ, ਜਿੰਨੀ ਦੇਰ ਤੱਕ ਸਾਡੇ ਮਨ ਦੇ ਵਿੱਚ ਕੋਈ ਭਰਮ ਹੈ। ਜਿਵੇਂ ਉਦਾਹਰਨ ਮੰਤਰ, ਹੁਣ ਜਿਹਦੇ ਮਨ ਨੇ ਭਰਮ ਪਾਲਿਆ ਹੋਇਆ ਵੀ ਬਿੱਲੀ ਤਾਂ ਮਾੜੀ ਹੁੰਦੀ ਹੈ, ਮੰਨ ਲਓ ਬਿੱਲੀ ਲੰਘ ਗਈ ਅੱਗੇ ਦੀ ਡੋਲ ਕੇ ਨਾਲ ਦੀ ਨਾਲ, ਫਿਰ ਡੋਲ ਜਾਂਦੇ ਨੇ ਨਾ, ਵੀ ਬਿੱਲੀ ਲੰਘ ਗਈ, ਬਿੱਲੀ ਰਸਤਾ ਕੱਟ ਗਈ, ਫਿਰ ਡਰਾਈਵਰ ਨੂੰ ਕਹਿੰਦੇ ਵੀ ਗੱਡੀ ਬੰਦ ਕਰ ਲਾ, ਜੋੜੇ ਝਾੜ ਲਓ, ਪਾਣੀ ਪੂਣੀ ਪੀ ਲਓ। ਭਾਵ ਅੰਦਰ ਕੀ ਹੋਇਆ? ਅੰਦਰ ਜਾਣੀ ਕਿ ਡੋਲ ਗਿਆ ਵੀ ਕਿਤੇ ਅੱਜ ਕੁਛ ਹੋ ਨਾ ਜਾਵੇ। ਕਿਉਂ? ਮਨ ਨੇ ਇੱਕ ਭਰਮ ਪਾਲਿਆ ਹੋਇਆ ਵੀ ਬਿੱਲੀ ਰਸਤਾ ਕੱਟ ਗਈ ਅਤੇ ਕੁਝ ਹੋ ਸਕਦਾ, ਇਸ ਕਰਕੇ ਡੋਲ ਗਈ। ਇਸ ਕਰਕੇ ਗੁਰਬਾਣੀ ਨੇ ਕੀ ਕਿਹਾ ਹੈ? ਓਨੀ ਦੇਰ ਅਸੀਂ ਡਿੱਗ ਡੋਲੇ ਖਾਂਦੇ ਹਾਂ, ਜਿੰਨੀ ਦੇਰ ਸਾਡੇ ਮਨ ਦੇ ਵਿੱਚ ਭਰਮ ਹੈ। ਡੀਗਣ ਡੋਲਣ ਪਾਉ ਲਾਉ, ਜੋ ਮਣ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਕੀਨੇ ਵਿਸਰਾਮਾ। ਆਪਣੇ ਗੁਰੂ ਜੀ ਨੇ ਸਾਰੇ ਭਰਮ ਕੱਟ ਦਿੱਤੇ ਹੈ, ਬਾਣੀ ਨੂੰ ਪੜ੍ਹੋ, ਅੱਖਾਂ ਸਮੇਤ ਪਤਾ ਲੱਗ ਜੂ ਸਾਰੇ ਭਰਮ ਬਾਣੀ 'ਚ ਕੱਟੇ ਹੋਏ ਹੈ, ਕੀਨੇ ਵਿਸਰਾਮਾ। ਅਤੇ ਜਦੋਂ ਗੁਰੂ ਨੇ ਭਰਮ ਕੱਟ ਦਿੱਤੇ, ਆਪਾਂ ਬਾਣੀ ਨੂੰ ਧਿਆਨ ਨਾਲ ਸੁਣ ਲਿਆ, ਅਤੇ ਸਾਡੇ ਮਨ ਦੇ ਅੰਦਰ ਵਿਸ਼ਰਾਮ ਪਾਇਆ, ਵਿਸ਼ਰਾਮ ਕਹਿ ਲਓ, ਅੰਦਰ ਸਾਨੂੰ ਟਕਾ ਆ ਗਿਆ, ਸ਼ਾਂਤੀ ਆ ਗਈ, ਕਿਉਂਕਿ ਮਨ ਟਿਕ ਗਿਆ, ਮਨ ਵਿਸ਼ਰਾਮ ਦੇ ਵਿੱਚ ਆ ਗਿਆ। ਜਿੰਨੀ ਦੇਰ ਤੱਕ ਸਾਡੇ ਮਨ 'ਚ ਭਰਮ ਹੈ, ਓਨੀ ਦੇਰ ਤੱਕ ਅਸੀਂ ਡਿੱਗ ਡੋਲੇ ਖਾਂਦੇ ਹਾਂ। ਅਤੇ ਡੋਲਿਆ ਮਨੁੱਖ ਕੀ ਕਰਦਾ? ਮਨੁੱਖ ਇਸਤਰੀ ਪੁਰਸ਼ ਕੋਈ ਹੈ ਨਿਸ਼ਾਨੀ, ਕੋਈ ਤਾਂ ਫਿਰ ਧੱਕੇ ਢਾਕੇ ਵੀ ਨਹੀਂ ਕਰਦੇ ਹੈ। ਡੋਲੇ ਮਨੁੱਖ ਦੀ ਨਿਸ਼ਾਨੀ ਕੀ ਹੈ ਮਨ ਦੇ ਵਿੱਚ? ਵੀ ਕੀ ਹੈ, ਚਲੋ ਕੋਈ ਕੱਚਾ ਧਾਗੇ ਕੀ ਹੈ ਰਾਖੀ ਕਰਦੇ, ਧਾਗਿਆ ਨੂੰ ਕਿਰਪਾ ਕਰ ਲੂ ਮੈਂ, ਧਾਗੇ ਕੱਚੇ ਧਾਗਿਆਂ ਦਾ ਸਹਾਰਾ ਲੈਂਦਾ। ਦੇਖੋ ਕਿ ਡੋਲੇ ਮਨੁੱਖ ਦੀ ਨਿਸ਼ਾਨੀ ਹੈ, ਜਿਹਦੇ ਕੱਚਾ ਧਾਗਾ ਬੰਨੇ ਉਹ ਡੋਲਿਆ ਹੋਇਆ, ਜਿਹਦੇ ਤਰੀਦੀਆਂ ਪਾਈਆਂ ਇਹ ਡੋਲੇ ਹੋਏ ਮਨੁੱਖ ਨੇ। ਸੱਚੀ ਗੱਲ ਹੈ ਜੀ, ਗੁੱਸਾ ਨਾ ਕਰਨਾ। ਜਿਹਦੇ ਕੋਈ ਮੁੰਦੀਆਂ ਉਗੀਆਂ ਪਾਈਆਂ ਲੈ ਕੇ ਜਾਣੀ ਕਿ ਜੋਤਸੀਆਂ ਤੋਂ ਨਾਗ ਨੁਗ ਜੇ ਪਾਏ ਆ ਕੋਈ, ਇਹ ਡੋਲੇ ਹੋਏ ਮਨੁੱਖ ਨਿਸ਼ਾਨੀ ਹੈ। ਡੋਲਿਆ ਹੋਇਆ ਮਨੁੱਖ ਵੀ ਕੀ ਆਪਣੀ ਮੁੰਦਰੀ ਸਹਾਰਾ ਕਰਦੇ, ਕੀ ਆਪਣੀ ਨਕਸ ਦਾ ਲਾਭ ਹੋ ਜੇ, ਕੀ ਆਪਣੀ ਤਰੀਦੀ ਪਾਏ ਤੋਂ ਕੁਛ ਹੋ ਜੇ, ਕੀ ਆਪਣੀ ਕੱਚਾ ਧਾਗੇ ਕੋਈ ਮਦਦ ਕਰਦੇ। ਕਿੰਨਾ ਅਫਸੋਸ ਹੈ ਆਪਣੇ ਧੱਕੜਿਆਂ ਦੇ ਨਾਲ ਉਗਲੇ ਬੰਨੀ ਕਰਦੇ ਆ।
ਅਕੜਾ ਸਾਰੇ ਵਹਿਮਾਂ ਭਰਮਾਂ ਤੋਂ ਮੁਕਤੀ ਦਾ ਪ੍ਰਤੀਕ ਹੈ। ਜੇ ਕਿਸੇ ਨੇ ਕੱਚਾ ਧਾਗਾ ਵੀ ਬੰਨੇ, ਜੇ ਮੰਨਦੇ ਹੋ ਗੁਰੂ ਦੀ ਗੱਲ ਨੂੰ, ਡੀਗਾ ਡੋਲਾ ਛੱਡਦੇ ਹੋ ਤਾਂ ਤੋੜ ਕੇ ਸਿੱਟਦੇ, ਜੇ ਨਹੀਂ ਮਨ ਮੰਨਦਾ ਵੱਖਰੀ ਗੱਲ ਹੈ। ਮੈਂ ਤਾਂ ਪ੍ਰਚਾਰ ਕਰਵਾਉਣ ਦੇ ਨਾਤੇ ਗੁਰੂ ਘਰ ਦਾ ਚੌਂਕੀਦਾਰ ਹੈ, ਅਸੀਂ ਤਾਂ ਹੋਕਾ ਮਾਰਨਾ, ਮੰਨਣਾ ਨਾ ਮੰਨਣਾ ਕਿਸੇ ਦੀ ਮਰਜ਼ੀ। ਤਾਂ ਪਰ ਡੋਲਦੇ ਹੋਏ ਦੀ ਨਿਸ਼ਾਨੀ ਹੈ ਤਰੀਕੀਆਂ ਧਾਗੇ, ਇਹਨਾਂ ਚੀਜ਼ਾਂ ਤਾਕਤ ਕੋਈ ਨਹੀਂ ਹੁੰਦੀ। ਬਾਣੀ 'ਚ ਲਿਖਿਆ ਨਾ, ਔਖਦ ਮੰਤਰ ਤੰਤਰ ਸਭ ਛਾਰ ਕਰਨੇ ਹਾਰੇ ਦੇ ਮੈਂ ਧਾਰ। ਭਾਈ ਜਿਹੜੇ ਯੰਤਰ ਮੰਤਰ ਤਵੀਤ ਧਾਗੇ ਜਾਦੂ ਟੂਣੇ ਸਭ ਸੁਆਹ ਹੁੰਦੇ ਹੈ, ਕਰਨ ਕਾਰਨ ਪਰਮਾਤਮਾ ਹੈ, ਉਹਨੂੰ ਆਪਣੇ ਹਿਰਦੇ ਵਿੱਚ ਵਸਾ ਲਓ, ਉਹਨੂੰ ਆਪਣੇ ਮਨ ਦੇ ਵਿੱਚ ਵਸਾਓ, ਇਹ ਤਾਂ ਸਭ ਸਵਾਹ ਹੈ। ਬਾਣੀ ਦਾ ਫੈਸਲਾ ਇਹ ਸਵਾਹ ਹੈ। ਕੋਈ ਵੀ ਤਵੀਤ ਧਾਗਾ ਕਿਸੇ ਦੀ ਵੀ ਮਦਦ ਨਹੀਂ ਕਰ ਸਕਦਾ। ਇਸ ਕਰਕੇ ਅਸੀਂ ਡੋਲਣਾ ਛੱਡ ਗਏ ਅਤੇ ਤਵੀਤ ਧਾਗਿਆਂ ਦਾ ਸਹਾਰਾ ਨਾ ਬੰਦ ਕਰੋ। ਡੋਲਿਆ ਹੋਇਆ ਮਨੁੱਖ ਵੀ ਜੋਤਸ਼ੀ ਨੂੰ ਜਾ ਕੇ ਹੱਥ ਦਿਖਾਉਂਦਾ, ਉਹ ਸਮਝਦੇ ਵੀ ਡੋਲਿਆ ਹੋਇਆ ਇਹ। ਜਿਹੜਾ ਡੋਲਿਆ ਨੂੰ ਕੀ ਲੈਂਦੇ ਹੋ ਜੋਤਸ਼ੀ ਕੋਲ, ਕਿਉਂ? ਕਿਉਂਕਿ ਉਹ ਤਾਂ ਗੁਰੂ ਦੀ ਬਾਣੀ ਦਾ ਗਿਆਨ ਹੈ। ਗੁਰੂ ਦੀ ਬਾਣੀ ਦਾ ਗਿਆਨ ਕੀ ਕਹਿੰਦਾ? ਹੁਣ ਸੁਣਿਓ, ਜੋਤਿਸ਼ ਨਾਂ ਦੀ ਚੀਜ਼ ਹੀ ਹੈਗੀ ਦੁਨੀਆਂ 'ਤੇ ਕੋਈ, ਜੋਤਿਸ਼ ਨਾਂ ਦੀ ਚੀਜ਼ ਹੀ ਨਹੀਂ ਕੋਈ ਦੁਨੀਆਂ 'ਤੇ। ਆਓ ਪਹਿਲਾਂ ਫੈਸਲਾ ਲੈ ਲਈਏ ਗੁਰੂ ਜੀ ਤੋਂ। ਗਣ ਗਣ ਜੋਤਕ ਕਾਂਢੀ ਕੀਨੀ, ਪੜ੍ਹੈ ਸੁਣਾਵੈ ਤਤ ਨਾ ਜੀਨੀ। ਗੁਰੂ ਜੀ ਕਹਿੰਦੇ ਭਾਈ ਆ ਜਿਹੜੀ ਇਹਨੇ ਪੱਤਰੀ ਕੱਢ ਲਈ, ਕਾਂਢੀ ਕਹਿੰਦੇ ਪੱਤਰੀ ਨੂੰ, ਪੱਤਰੀ ਕੱਢ ਲਈ, ਗਣ ਗਣ ਦਾ ਭਾਵ ਗਿਣਤੀ ਮਿਣਤੀ ਕਰ ਲਈ, ਕੈਲਕੂਲੇਸ਼ਨ ਨਹੀਂ ਕਰਦਾ, ਜੋੜ ਘਟਾਉ ਜਿਹਾ ਕਰਦਾ, ਬੜੇ ਹਿਸਾਬ ਕਿਤਾਬ ਜੇ ਲਾਉਂਦਾ। ਗੁਰੂ ਜੀ ਕਹਿੰਦੇ ਨੇ ਪੱਤਰੀ ਕੱਢ ਕੇ ਜਿਹੜੀ ਗਿਣਤੀ ਮਿਣਤੀ ਲਾ ਕੇ ਜੋਤ ਸਲਾ ਲਿਆ, ਗਣ ਗਣ ਜੋਤਕ ਕਾਂਢੀ ਕੀਨੀ, ਪੜ੍ਹੈ ਸੁਣਾਵੈ ਤਤ ਨਾ ਜੀਨੀ, ਇਹਨੇ ਜੋ ਪੜ੍ਹ ਕੇ ਸੁਣਾ ਦਿੱਤਾ, ਇਹਨੇ ਅਸਲੀਅਤ ਨਹੀਂ ਜਾਣੀ। ਤੱਤ ਕਹਿੰਦੇ ਅਸਲੀਅਤ ਨੂੰ, ਭਾਵ ਗੁਰੂ ਜੀ ਕਹਿੰਦੇ ਇਹਦੀ ਪੱਤਰੀ ਵਿੱਚ, ਇਹਦੇ ਜੋਤਿਸ਼ ਵਿੱਚ, ਇਹਦੀ ਗਿਣਤੀ ਵਿੱਚ ਕੋਈ ਸੱਚ ਨਹੀਂ। ਦੇਖੋ ਫੈਸਲਾ ਬਾਣੀ ਦਾ, ਇੱਕ ਇਤਿਹਾਸਕ ਘਟਨਾ ਵੀ ਕਹਿ ਰਿਹਾ, ਕਿਉਂਕਿ ਬਾਣੀ ਦਾ ਫੈਸਲਾ ਸਾਰਾ ਤੁਰ ਹੈ। ਪਹਿਲਾਂ ਫੈਸਲਾ ਆਪਾਂ ਬਾਣੀ ਬੋਲਿਆ। ਇੱਕ ਇਤਿਹਾਸਕ ਘਟਨਾ ਹੈ, ਸੁਕਰਾਤ ਆਪ ਜੀ ਨੂੰ ਪਤਾ ਹੋਵੇਗਾ, ਪਹਿਲਾਂ ਜੋਤਸ਼ੀ ਸੀ। ਸੁਕਰਾਤ ਆਪਣੇ ਪਹਿਲੇ ਜੀਵਨ ਦੇ ਵਿੱਚ ਜੋਤਸ਼ੀ ਸੀ, ਕੁਝ ਕਿ ਨੇ ਇਸ਼ਾਰਾ ਦਿੱਤਾ, ਬਾਕੀ ਨੂੰ ਚਲੋ ਨਹੀਂ ਪਤਾ, ਸਾਨੂੰ ਤੁਹਾਨੂੰ ਬਦਲੀ ਗੱਲ ਚਲੋ। ਸੁਕਰਾਤ ਜੋਤਸ਼ੀ ਜੀ ਪਹਿਲੇ ਜੀਵਨ ਦੇ ਵਿੱਚ ਆਪਣੀ ਸੀ। ਲਓ ਜੀ ਕੀ ਹੋਇਆ, ਸੁਕਰਾਤ ਤੁਰਿਆ ਜਾਂਦਾ ਹੈ, ਮਨ ਦੇ ਵਿੱਚ ਗ੍ਰਹਿਾਂ ਦਾ ਹਿਸਾਬ ਲਾਉਂਦਾ, ਨਕਸ਼ਤਰਾਂ ਦਾ ਹਿਸਾਬ ਲਾਉਂਦਾ, ਭਾਵ ਕਿ ਮਨ ਵਿੱਚ ਗਿਣਤੀਆਂ ਮਿਣਤੀਆਂ ਜਿਹਾ ਤਾਂ ਤੁਰਿਆ ਜਾਂਦਾ ਹੈ, ਧਿਆਨ ਉੱਤੇ ਲੱਗਿਆ ਪਿਆ ਗਿਣਤੀਆਂ ਮਿਣਤੀਆਂ 'ਚ। ਕੀ ਹੋਇਆ ਜੀ, ਅੱਗੇ ਇੱਕ ਨਾ ਸੱਖਣਾ ਖੂਹ ਸੀ, ਸੱਖਣਾ ਖੂਹ ਆਪਣੀ ਸਮਝ ਕੇ ਮੌਤ ਤੋਂ ਬਿਨਾਂ ਗਏ, ਉਹ 'ਚ ਡਿੱਗ ਪਿਆ। ਤੂੰ ਧਿਆਨ ਉੱਤੋਂ ਸੀ ਖਿਆਲ ਨਾਲ ਕਿ ਡਿੱਗ ਪਿਆ, ਜੋ ਡਿੱਗ ਪਿਆ ਅਤੇ ਇੱਕ ਮਾਤਾ ਦੀ ਨਿਗਾਹ ਪਈ ਵੀ ਉਹ ਤੁਰਿਆ ਤਾਂ ਡਿੱਗ ਪਿਆ ਖੂਹ ਦੇ ਵਿੱਚ, ਅਤੇ ਉਸੇ ਵੇਲੇ ਮਾਤਾ ਭੱਜੀ ਆਈ, ਲੱਜ ਛੁੱਟੀ, ਗੱਲ ਮਕਾਓ, ਸੁਕਰਾਤ ਨੂੰ ਕੱਢ ਲਿਆ, ਬਚਾ ਲਿਆ, ਸੁਕਰਾਤ ਨੂੰ ਬਚਾ ਲਿਆ। ਜੋ ਸੁਕਰਾਤ ਨੂੰ ਬਾਹਰ ਕੱਢਿਆ ਅਤੇ ਸੁਕਰਾਤ ਉਸ ਮਾਤਾ ਨੂੰ ਕਹਿਣ ਲੱਗਿਆ, ਮਾਤਾ ਤੇਰਾ ਬਹੁਤ ਧੰਨਵਾਦ, ਤੈਂ ਮੇਰੀ ਅੱਜ ਜਾਨ ਬਚਾਈ। ਇੰਨਾ ਕਹਿ ਕੇ ਕਹਿੰਦਾ ਮੈਂ ਬਹੁਤ ਵੱਡਾ ਜੋਤਸ਼ੀ ਹੈ, ਮਾਤਾ ਨੂੰ ਕਹਿੰਦਾ, ਮਾਤਾ ਸੁਕਰਾਤ ਹੈ ਮੈਂ, ਤੂੰ ਸੁਣਿਆ ਕਦੇ? ਉਹ ਕਹਿੰਦੀ ਨਾ ਪੁੱਤ, ਮੈਂ ਤਾਂ ਨਹੀਂ ਸੁਣਿਆ, ਮੈਂ ਤਾਂ ਸੁਣਿਆ। ਚੱਲ ਤੂੰ ਨਹੀਂ ਸੁਣਿਆ ਕੋਈ ਗੱਲ ਨਹੀਂ, ਮੈਂ ਤੈਨੂੰ ਦੱਸਦਾ ਮਾਤਾ, ਮੈਂ ਬਹੁਤ ਵੱਡਾ ਜੋਤਸ਼ੀ ਹੈ ਅਤੇ ਤੂੰ ਕੱਲ੍ਹ ਨੂੰ ਮੇਰੇ ਕੋਲ ਆਈ, ਸਾਰਿਆਂ ਤੋਂ ਪਹਿਲਾਂ ਮੈਂ ਕੱਲ੍ਹ ਨੂੰ ਤੇਰਾ ਹੱਥ ਵੇਖ ਕੇ ਭਵਿੱਖ ਦੱਸੂੰਗਾ ਕਿ ਤੂੰ ਕੱਲ੍ਹ ਨੂੰ ਮੇਰੇ ਕੋਲ ਆ ਗਈ। ਜੋ ਇੰਨਾ ਕਿਹਾ ਅਤੇ ਮਾਤਾ ਕਹਿਣ ਲੱਗੀ, ਪੁੱਤ ਮੈਂ ਨਹੀਂ ਆਉਣਾ, ਪੁੱਤ ਮੈਂ ਨਹੀਂ ਆਉਣਾ। ਸੁਕਰਾਤ ਕਹਿੰਦਾ, ਮਾਤਾ ਆਉਣਾ ਨਾ ਤੇਰੀ, ਮੇਰੇ ਕੋਲ ਤਾਂ ਵੱਡੇ ਵੱਡੇ ਲੋਕ ਟਾਈਮ ਲੈਂਦੇ ਹੈ, ਮਾਤਾ ਵੱਡੇ ਵੱਡੇ ਲੋਕ ਟਾਈਮ ਲੈਂਦੇ, ਮੇਰੇ ਕੋਲ ਤਾਂ ਪਹਿਲਾਂ ਟਾਈਮ ਨਹੀਂ ਮਿਲਦਾ,
ਇਹ ਤਾਂ ਮੈਂ ਤੈਨੂੰ ਪਹਿਲਾਂ ਟਾਈਮ ਦਿੱਤਾ ਵੀ ਤੂੰ ਮੇਰੀ ਜ਼ਿੰਦਗੀ ਵਿੱਚ ਆਈ ਅੱਜ ਅਤੇ ਤੇਰਾ ਸਾਰਿਆਂ ਤੋਂ ਪਹਿਲਾਂ ਮੈਂ ਹੱਥ ਦੇਖੂੰਗਾ ਅਤੇ ਤੂੰ ਕਿਹੜੀ ਮੈਂ ਆਉਣਾ ਨਹੀਂ, ਮੇਰੇ ਕੋਲ ਤਾਂ ਵੱਡੇ ਵੱਡੇ ਲੋਕ ਟਾਈਮ ਲੈਂਦੇ ਆ ਪਹਿਲਾਂ, ਆ ਗਈ ਮਾਤਾ ਤੱਕ ਕੇ ਪਹਿਲਾਂ ਸਾਨੂੰ ਤੇਰਾ ਹੱਥ ਦੇਖੂੰ। ਮਾਤਾ ਫਿਰ ਕਹਿਣ ਲੱਗੀ ਪੁੱਤ ਮੈਂ ਨਹੀਂ ਆਉਣਾ, ਪੁੱਤ ਮੈਂ ਨਹੀਂ ਆਉਣਾ। ਜੋ ਦੁਬਾਰਾ ਕਿਹਾ ਸੁਪਰਾ ਤੁਹਾਡੇ ਨਾ, ਤੂੰ ਜੋਤ ਸੀ ਹੁਣ ਜਿਹੜਾ ਅੰਤ ਹੰਕਾਰ ਕਰਿਆ ਸੀ। ਫਿਰ ਕਹਿਣ ਲੱਗਿਆ ਮਾਤਾ ਤੂੰ ਆ ਗਈ, ਮੈਂ ਤੈਨੂੰ ਪਹਿਲਾਂ ਟਾਈਮ ਦਿੰਦਾ, ਮੈਂ ਬਹੁਤ ਵੱਡਾ ਜੋਤ ਸੀ, ਵੱਡੇ ਵੱਡੇ ਲੋਕ ਟਾਈਮ ਲੈਂਦੇ ਮੇਰੇ ਕੋਲੋਂ। ਚਲੋ ਹਟਾਈ ਨਾ, ਇਹ ਮਾਤਾ ਕਹਿਣ ਲੱਗੀ ਲਾਈ ਹੈ ਮੈਂ ਜੋਤ ਸੀ ਹੈ, ਜੋਤ ਸੀ ਹੈ, ਆ ਗਿਆ ਵੱਡਾ ਜੋਤ ਸੀ। ਤੈਨੂੰ ਪਤਾ ਸੀ ਮੈਂ ਕਿਹੜੇ ਤੂੰ ਬੱਚੇ ਡੱਗਣਾ, ਜੋ ਤੈਨੂੰ ਆਪ ਦਾ ਭਵਿੱਖ ਨਹੀਂ ਪਤਾ ਮੇਰਾ, ਤੂੰ ਸਵਾਹ ਦੱਸੇਗਾ। ਗੁਰੂ ਸਤਨਾਮ ਸਵਾਹ ਦੱਸੇਗਾ ਤੂੰ ਮੇਰਾ। ਲਾਈ ਹੈ ਆ ਜੀ ਆ ਜੀ ਆ ਜੀ ਹਟਦਾ ਹੀ ਨਹੀਂ ਗਾ, ਤੂੰ ਭਾਵ ਤਿੱਖਾ ਬੋਲਣਾ ਪੈਂਦਾ ਮੇਰੇ ਕੋਲ, ਮਾਂ ਨੂੰ ਤਿੱਖਾ ਬੋਲਣਾ ਪੈ, ਸਵਾਹ ਦੱਸੇਗਾ ਤੂੰ ਮੇਰਾ ਭਵਿੱਖ। ਤੈਨੂੰ ਪਤਾ ਸੀ ਮੈਂ ਕਿਹੜੇ ਖੁਸ਼ ਡੱਗਣਾ ਗਿਆ, ਤੇਰੀ ਜੋੜ ਤੋਂ ਆਇਆ ਸੀ ਉਹ ਜਿਹੜੀ ਡੱਗਿਆ ਤੂੰ ਅੱਜ। ਜਦੋਂ ਇੰਨਾ ਕਿਹਾ ਮਾਤਾ ਨੇ ਸੁਕਰਾਤ ਦੀ ਨੀਂਦ ਟੁੱਟ ਗਈ। ਨੀਂਦ ਕਿਹੜੀ? ਜਿਹੜੀ ਕਿ ਖੇਤਾਂ ਇੱਕ ਸਲੀਕ ਇੱਕ ਅੰਦਰ ਪਈ ਹੁੰਦੀ ਹੈ। ਮਨੁੱਖ ਇੱਕ ਨੀਂਦ ਵਿੱਚ ਜੀ ਰਿਹਾ, ਇੱਕ ਸਮੋਹਣ ਵਿੱਚ ਜੀ ਰਿਹਾ ਮਨੁੱਖ। ਗੁਰੂ ਦਾ ਗਿਆਨ ਹੀ ਆਉਂਦਾ, ਅੰਦਰ ਉਹਦੀ ਹੋਸ਼ ਨਹੀਂ ਹੁੰਦੀ, ਕਿਉਂਕਿ ਆਪਾਂ ਨੀਂਦ ਹੀ ਤੁਰੇ ਕਰਦੇ ਹਾਂ। ਲਓ ਜੀ ਉਹ ਜਿਹੜੀ ਨੀਂਦ ਪਈ ਹੋਈ ਸੀ ਨਾ ਸੁਰਤ ਦੇ ਉੱਤੇ, ਮਾਤਾ ਦੇ ਬੋਲਾਂ ਨੇ ਉਹ ਨੀਂਦ ਤੋੜ ਦਿੱਤੀ। ਅੰਦਰ ਜਾਣੀ ਕਿ ਆਪਾਂ ਕਹਿੰਦੇ ਅੰਦਰ ਤਾਂ ਪੱਕ ਟੁੱਟ ਗਿਆ, ਅੰਦਰ ਥੋੜ੍ਹੀ ਜਿਹੀ ਨੂੰ ਹੋਸ਼ ਆਈ, ਹਲਿਆ ਹੋਇਆ ਅੰਦਰ ਦੀ ਹੋਸ਼ ਥੋੜ੍ਹਾ ਕੋਈ। ਤੂੰ ਮਾਤਾ ਨੇ ਕਿਹਾ ਵੀ ਤੈਨੂੰ ਆਪਣਾ ਨਹੀਂ ਪਤਾ, ਮੇਰਾ ਸਵਾਹ ਦੱਸੇਗਾ ਤੂੰ, ਇਹ ਖੂਹ ਕਿਸ ਹਿਸਾਬ ਤਾਂ ਜਾਇਆ ਤੇਰੇ ਜੀ ਡੱਗਿਆ ਤੂੰ ਅੱਜ। ਲਓ ਜੀ ਐਸੀ ਉਹਨੂੰ ਹੋਸ਼ ਆਈ, ਐਸੀ ਨੀਂਦ ਟੁੱਟੀ ਸਮਰਾਤ ਦੀ, ਚੁੱਪ ਕਰਕੇ ਘਰੇ ਤੋਂ ਰਹਿ ਗਿਆ, ਮੁਰਖੀ ਨਹੀਂ ਬੋਲਿਆ, ਦਿਮਾਗ ਸੈੱਟ ਜਿਹਾ ਹੋ ਗਿਆ ਨਾ। ਘਰੇ ਜਾ ਕੇ ਕੀ ਕੀਤਾ, ਸਾਰੇ ਜੋਤਿਸ਼ ਦੇ ਗ੍ਰੰਥਾਂ ਨੂੰ ਹੱਥ ਲਾ ਕੇ ਖੂਹ ਤੋਂ ਦਿੱਤਾ। ਗੁਰੂ ਸਤਨਾਮ ਫਿਰ ਕਿਤੇ ਮਹਾਨ ਦਰਸ਼ਨ ਹੋਣੇ, ਸਾਰੇ ਜੋਤਿਸ਼ ਦੇ ਗ੍ਰੰਥਾਂ ਨੂੰ ਅੱਗ ਲਾ ਕੇ ਖੂਹ ਦਿੱਤਾ ਸਮਰਾਤ ਨੇ, ਫਿਰ ਜਾ ਕੇ ਦਰਸ਼ਨ ਕਰਵਾਇਆ। ਇਤਿਹਾਸ ਘਟਨਾ ਹੈ। ਸੋ ਗੁਰਬਾਣੀ ਨੇ ਫੈਸਲਾ ਪਹਿਲਾਂ ਦਿੱਤਾ ਆਪਾਂ ਨੂੰ ਵੀ ਜੋਤਿਸ਼ ਨਾਂ ਦੀ ਕੋਈ ਚੀਜ਼ ਹੀ ਨਹੀਂ ਦੁਨੀਆਂ 'ਤੇ, ਨਾ ਕੋਈ ਜੋਤਿਸ਼ ਨਾਂ ਦੀ ਚੀਜ਼ ਨਹੀਂ ਦੁਨੀਆਂ 'ਤੇ। ਇਸ ਕਰਕੇ ਕਿਸੇ ਜੋਤਿਸ਼ੀ ਕੋਲੇ ਭੁੱਲ ਭੁਲੇਖੇ ਨਾ ਜਾਇਓ। ਇਹਦਾ ਡੋਲੇ ਤੋਂ ਲੋਕ ਜਾਂਦੇ ਨੇ, ਜਿਵੇਂ ਹੱਥ ਦਿਖਾ ਰਿਹਾ ਮੰਗੋ ਮਾਤਾ ਹੈ, ਚਾਹੇ ਜਾਣੀ ਕਿ ਭਾਈ ਹੈ, ਇਸਤਰੀ ਕੁਛ ਕਹਿ ਲਓ, ਬਸ ਤੂੰ ਪਹਿਲਾਂ ਤੂੰ ਸੋਚਦਾ ਹੈ, ਭੈਣ ਹੈ ਮਨ ਤੂੰ ਸੋਚਦੀ ਹੈ ਵੀ ਸੋਚਦਾ ਜਾਂ ਸੋਚਦੀ ਆਉਂਦੀ। ਪਸ਼ੂ ਥੋੜ੍ਹਾ ਸੋਚਦੇ ਹੁੰਦੇ, ਬੰਦੇ ਸੋਚਦਾ ਹੁੰਦਾ, ਇੱਥੇ ਤਾਂ ਕਿੱਥੇ ਨਹੀਂ ਲਿਖਿਆ। ਕਦੇ ਕਦੇ ਨੀਂਦ ਵੀ ਘੱਟ ਆਉਂਦੀ, ਇੱਥੇ ਦੇ ਵਿੱਚ ਲਿਖਿਆ ਆਮ ਗੱਲਾਂ ਤਾਂ ਆਮ ਹੁੰਦੀ, ਬੱਚੇ ਵੀ ਥੋੜ੍ਹੇ ਘੱਟ ਆਖੇ ਲੱਗਦੇ, ਸਾਰਾ ਨਸੀਬ ਸਹੀ ਜਾਂਦਾ। ਆਮ ਗੱਲਾਂ ਨੇ ਕਹਿਣ ਦਾ ਭਾਵੇ ਤਾਂ ਆਮ ਬੱਚਿਆਂ ਦੇ ਵਿਆਹ ਦਾ ਫਿਕਰ ਵੀ ਕਰਦੇ ਹੋ, ਵੀ ਤਾਂ ਕੀ ਕਰਦਾ, ਫਿਰ ਕੀ ਕਰਦਾ, ਲੜਾਈ ਝਗੜਾ ਜਿਹੜਾ ਥੋੜ੍ਹਾ ਥੋੜ੍ਹਾ, ਇਹ ਤਾਂ ਹਰੇਕ ਹੀ ਹੁੰਦਾ ਮਾੜਾ ਮਾੜਾ, ਮਾੜਾ ਮਾੜਾ ਕਹਿ ਤੂੰ ਵੀ ਚੱਲ ਵਰਤੋਂ ਕਰਦੇ, ਮਾੜਾ ਮਾੜਾ ਜੇ ਲੜਾਈ ਝਗੜਾ ਜਿਹੜੇ ਰਹਿੰਦਾ ਘਰੇ ਜਾਂਦਾ, ਉਸੇ ਤਾਂ ਹਰੇਕ ਹੀ ਕਹਿੰਦਾ। ਕਹਿਣ ਦਾ ਭਾਵ ਕੀ ਹੈ, ਇਹ ਡੋਲੇ ਦੇ ਲੋਕਾਂ ਜਿਹੜਾ ਜਿਹਨੇ ਜੋਤਸ਼ੀ ਨੂੰ ਹੱਥ ਦਿਖਾਇਆ ਉਹ ਡੋਲਿਆ ਹੋਇਆ, ਨਿਸ਼ਾਨੀ ਹੈ ਜੀ ਉਹ ਡੋਲਿਆ ਹੋਇਆ, ਡੋਲਿਆ ਹੋਇਆ। ਇਸ ਕਰਕੇ ਇਹ ਡੋਲਣਾ ਛੱਡ ਦਿਓ, ਜ਼ਿੰਦਗੀ 'ਚ ਕਿਸੇ ਜੋਤਸ਼ੀ ਨੂੰ ਹੱਥ ਨਹੀਂ ਦਿਖਾਉਣਾ, ਸਾਰੇ ਪਰਮ ਕਰਕੇ ਜਾਇਓ ਅੱਜ, ਸਾਰੀਆਂ ਮਾਵਾਂ ਭੈਣਾਂ ਧੀਆਂ ਵੀਰ ਬਜ਼ੁਰਗ, ਜੋਤਸ਼ਾਂ ਦੀ ਚੀਜ਼ ਕੋਈ ਹੁੰਦੀ ਹੋਈ ਨਹੀਂ। ਇਹ ਤਾਂ ਆਪਾਂ ਜਾਣੀ ਕਿ ਗੁਰਬਾਣੀ ਦਾ ਗਿਆਨ ਸਮਝ ਲਿਆ, ਇਤਿਹਾਸ ਘਟਨਾ ਸਮਝ ਲਈ, ਕੁਝ ਬਾਹਰੀ ਦਲੀਲਾਂ ਹੁੰਦੇ ਨੇ, ਦਲੀਲ ਅਸੀਂ ਬਾਅਦ ਵਿੱਚ ਦਿੰਦੇ ਹੁੰਦੇ ਹਾਂ, ਪਹਿਲਾਂ ਗੁਰਬਾਣੀ ਦਾ ਗਿਆਨ, ਕਿਉਂਕਿ ਗੁਰਬਾਣੀ ਦੇ ਗਿਆਨ ਤੋਂ ਬਿਨਾਂ ਤਾਂ ਵਕੀਲ ਵਾਲੀਆਂ ਦਲੀਲਾਂ ਬਣ ਜਾਂਦੀਆਂ, ਉਹ ਨਹੀਂ ਦਿੱਤੀਆਂ ਕਦੇ, ਕਿਉਂਕਿ ਵਕੀਲ ਤਾਂ ਕਿਸੇ ਕਾਨੂੰਨ ਨੂੰ ਬਰੀ ਨਹੀਂ ਕਰਾ ਸਕਦਾ ਦਲੀਲਾਂ ਦੇ ਕੇ, ਇੱਥੇ ਗੁਰਮਤ ਦਲੀਲਾਂ ਦਿੱਤੀਆਂ ਜਾਂਦੀਆਂ। ਸੋ ਉਹ ਕੀ ਹੈ, ਜਿਵੇਂ ਕਿ ਹੁਣੀ ਲਾਓ ਤੁਸੀਂ ਆਪਣੇ ਵੀ ਬੱਦਲ ਫਟਿਆ, ਹੜ੍ਹ ਆਏ, ਜਾਨੀ ਵਾਲੇ ਨੁਕਸਾਨ ਹੋਇਆ ਨਾ ਉੱਤਰਾਂਚਲ ਦੇ ਵਿੱਚ, ਕਿਸੇ ਜੋਤਸ਼ੀ ਨੇ ਪਹਿਲਾਂ ਨਹੀਂ ਦੱਸਿਆ,
ਜਿਹੜੇ ਪਹਿਲਾਂ ਦੱਸ ਦਿੰਦੇ ਆ, ਭਵਿੱਖ ਦੱਸ ਦਿੰਦੇ ਆ ਕਿ ਉਹ ਜੋਤਸੀ ਦੱਸ ਦਿੰਦਾ, ਚਲੋ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਸਕਦਾ, ਜੇ ਮਾਲੀ ਨੁਕਸਾਨ ਤੋਂ ਨਾ ਹੁੰਦਾ ਜਿੰਨਾ ਚੁੱਕਿਆ ਜਾਂਦਾ ਸਮਾਨ ਦੱਸਿਆ ਕਿਸੇ ਨੇ? ਚਲੋ ਇਹ ਸਾਡੀ ਪੰਜਾਬ ਦੀ ਘਟਨਾ ਹੈ, ਕਿਉਂਕਿ ਅਸੀਂ ਉਹਦੇ ਨੂੰ ਨਵੇਂ ਸਮੇਂ ਉੱਥੇ ਰਹਿੰਦੇ ਹਾਂ। ਯਾਨੀ ਕਿ ਅੱਜ ਤੋਂ ਡੇਢ ਦੋ ਮਹੀਨੇ ਪਹਿਲਾਂ ਇੱਕ ਜੋਤ ਸੀ ਲੁਧਿਆਣਾ ਸ਼ਹਿਰ ਦੇ ਵਿੱਚ, ਉਹ ਜਿਹੜੀ ਕੰਧ ਕੋਲੇ ਆਪਣੀ ਦੁਕਾਨ ਲਾ ਕੇ ਬਹਿੰਦਾ ਹੁੰਦਾ ਸੀ, ਉਹਦੇ ਪਿੱਛੇ ਵਾਸ ਜਾਂਦੇ ਹੋਈਆਂ ਪੰਜਾਬ 'ਚ, ਉਦੋਂ ਕੰਧ ਉਹਦੇ ਦਿਲ ਵੀ ਕੰਧ ਥੱਲਿਆ ਕੇ ਮਰ ਗਿਆ। ਜੋਤ ਸੀ ਨੂੰ ਪਤੀ ਨੂੰ ਲੱਗਿਆ ਕਿ ਕੰਧ ਥੱਲੇ ਆ ਕੇ ਮਰਨਾ ਹੈ, ਲੋਕਾਂ ਦਾ ਭਵਿੱਖ ਦੱਸਣ ਵਾਲਾ ਕੰਧ ਥੱਲੇ ਆ ਕੇ ਮਰ ਗਿਆ ਲੁਧਿਆਣੇ ਸ਼ਹਿਰ ਦੇ ਵਿੱਚ ਜੋਤ ਸੀ ਉੱਤੇ ਡਿਊਟੀ ਦਾ। ਸੋ ਕਹਿਣ ਦਾ ਭਾਵ ਕੀ ਹੈ, ਜੋਤਸ਼ਣਾਂ ਦੀ ਕੋਈ ਚੀਜ਼ ਨਹੀਂ। ਅਤੇ ਬਾਣੀ 'ਚ ਲਿਖਿਆ ਵੀ ਉਹ ਪੁੱਛਣਾ ਮਸਲ ਧਾਰਾ ਜੋ ਕੁਛ ਕਰਿਆ ਸੋ ਆਪੇ, ਦੂਜੇ ਨਾਲ ਤਾਂ ਸਲਾਹ ਹੀ ਨਹੀਂ ਕਰਦਾ, ਕਿਸੇ ਨਾਲ ਜੋ ਕਰਦਾ ਆਪ ਹੀ ਕਰਦਾ, ਠੀਕ ਪਤਾ ਗਿਆ। ਪੰਜ ਕਿਤੇ ਆਪਾਂ ਜਪੀ ਸਾਹਿਬ 'ਚ ਪੜ੍ਹਦੇ ਹਾਂ, ਅੰਤ ਨਾ ਜਾਣੇ ਕਿਆ ਮਨ ਮੰਤ, ਜਾਣੇ ਜਦੋਂ ਮਾਲਕ ਦੇ ਮਨ 'ਚ ਕੀ ਸਲਾਹ ਅਤੇ ਕੀ ਜਾਣੇ। ਚਲੋ ਕਿੰਨੀ ਕਾਫੀ ਹੈ ਗੱਲਾਂ, ਇਸ ਕਰਕੇ ਇੱਕ ਤਾਂ ਇਹ ਸਮਝ, ਦੂਜਾ ਕਈ ਡੋਲੇ ਹੋਏ ਲੋਕ ਫਿਰ ਕੀ ਕਰਦੇ ਆ, ਵਾਸਤੂ ਸ਼ਾਸਤਰਾਂ ਨਾਲ ਕੋਈ ਜਾਂਦੇ ਆ, ਇੱਧਰ ਤਾਂ ਇਹੋ ਜਿਹਾ ਮੁਸ਼ਕਿਲ ਹੈ ਨਾ, ਦੱਸਿਓ ਵਾਸਤੂ ਵਸਤੂ ਸ਼ਾਸਤਰ ਸਾਰਾ ਜੀ ਨੇ ਉੱਥੇ। ਚਲੋ ਵਾਸਤੂ ਸ਼ਾਸਤਰ ਨਾਲ ਵੀ ਕੋਈ ਚੀਜ਼ ਨਹੀਂ, ਵਾਸਤੂ ਸ਼ਾਸਤਰ 'ਚ ਕੋਈ ਸੱਚਾਈ ਨਹੀਂ। ਇਹ ਇਸ ਕਰਕੇ ਇਹਨਾਂ ਲੋਕਾਂ ਤੋਂ ਵੀ ਬਚੋ, ਇਹ ਵੀ ਰੀਤਾ ਤੁਹਾਡੀ ਰਸੋਈ ਪੁੱਠੇ ਪਾਸੇ ਹੋ ਗਈ, ਤੁਹਾਡਾ ਬਾਥਰੂਮ ਇੱਧਰ ਹੋ ਗਿਆ, ਤੁਹਾਡਾ ਇਹ ਹੋ ਗਿਆ, ਕੋਈ ਮਤਲਬ ਬੜੀ ਬਕਵਾਸ ਹੈ। ਸੋ ਵਾਸਤੂ ਸ਼ਾਸਤਰ ਵਾਲੇ ਨੂੰ ਕਿਸੇ ਨੂੰ ਦਿੱਲੀ 'ਤੇ ਪੈਰ ਨਹੀਂ ਧਰ ਦੇਣਾ, ਕਿਉਂ? ਕਿਉਂਕਿ ਇਹਨੂੰ ਮੈਨੂੰ ਘਟਵਾ ਜਾਣਾ, ਤੁਹਾਨੂੰ ਕੋਈ ਨਾ ਕੁਛ ਤਾਂ ਇੱਧਰ ਉੱਧਰ ਚੜ੍ਹਨਗੀ ਨਾ, ਇਹਦੀ ਫੀਸ ਲੈਣਗੇ। ਵਾਸਤੂ ਸ਼ਾਸਤਰ ਵਾਲੇ ਕਿਸੇ ਵੀ ਟੋਲੇ ਨੂੰ ਦਿੱਲੀ 'ਤੇ ਪੈਰ ਨਹੀਂ ਧਰਨ, ਉਹਨੂੰ ਕਹਿੰਦਾ ਬਾਹਰ ਪੈ ਬੈਠਾ। ਜਦੋਂ ਪਤਾ ਲੱਗੇ ਨਾ ਵਾਸਤੂ ਸ਼ਾਸਤਰ ਦਾ ਕੰਮ ਕਰਦਾ, ਉਹਨੂੰ ਬਾਹਰ ਬਾਹਰ, ਤੁਹਾਨੂੰ ਕਿਉਂਕਿ ਤੁਹਾਡੇ ਘਰੇ ਵੜ ਗਿਆ, ਤੁਹਾਨੂੰ ਭਰਮ ਚੁਕਾ ਕੇ ਜਾਊਗਾ, ਗਰੰਟੀ ਹੈ। ਭਾਵ ਇਹ ਹੈ ਕਿ ਕੋਈ ਵੈਰ ਵਿਰੋਧ ਨਹੀਂ, ਭਾਵ ਇਹ ਹੈ ਕਿਸੇ ਵੀ ਨੇਤਾ ਨੂੰ ਘਰੇ ਨਹੀਂ ਮਾਰਨਾ, ਜੇ ਤੂੰ ਬਾਹਰ ਦਾ ਰਹਿਣ ਦੇ ਦੂਸਰੇ ਧਰਮ ਨਹੀਂ ਪਾਏਗਾ, ਤੁਹਾਨੂੰ ਤੂੰ ਜ਼ਰੂਰ ਕਹਿਣਾ ਵੀ ਗਲਤ ਨਹੀਂ ਮਾਰੀ। ਇਸ ਕਰਕੇ ਨੇਤਾ ਨਹੀਂ ਡੋਲਣਾ। ਤੀਜਾ ਨੁਕਤਾ, ਪਾਉਣਾ ਦੀ ਕੋਈ ਚੀਜ਼ ਨਹੀਂ ਹੁੰਦੀ। ਕਈ ਡੋਲੇ ਹੋਏ ਲੋਕ ਕੀ ਕਰਦੇ, ਖਾਸ ਕਰ ਮਾਈਆਂ ਭੈਣਾਂ ਚੇਲੇ ਚਪਦਿਆਂ ਕੋਈ ਪੁੱਛਾ ਲੈਣ ਜਾਂਦੇ ਆ, ਪੁੱਛਣਾ ਦੀ ਚੀਜ਼ ਨਹੀਂ ਦੁਨੀਆਂ 'ਤੇ, ਕੋਈ ਪਾਉਣਾ ਦੀ ਕੋਈ ਚੀਜ਼ ਨਹੀਂ ਦੁਨੀਆਂ 'ਤੇ, ਕੋਈ ਵੀ ਚੀਜ਼ ਦੁਨੀਆਂ 'ਤੇ ਪਾਉਣ ਵਾਲੀ ਚੀਜ਼ ਨਹੀਂ। ਕਿਉਂ? ਕਿਉਂਕਿ ਪਿਛਲੀ ਹਾਜ਼ਰੀ ਆਪਾਂ ਸਮਝ ਲਈ, ਪਰਮਾਤਮਾ ਤੋਂ ਬਿਨਾਂ 'ਤੇ ਦੂਜੀ ਸ਼ਕਤੀ ਹੋਈ ਨਹੀਂ। ਹਰ ਇੱਕ ਸਹਿਦਾ ਹੈ ਅਮਰ, ਇੱਕੋ ਹਰ ਜਿੱਤ ਧਰ, ਹਰ ਤਿਸ ਦਿਨ ਕੋਈ ਨਾਹੀਂ ਡਰ, ਭਰਮ ਭਉ ਦੂਰ ਹਰ। ਕੋਈ ਪਾਉਣ ਕਿਸੇ ਵਿੱਚ ਨਹੀਂ ਆਉਂਦੀ, ਇਹ ਸਿਰਫ ਯਾਨੀ ਕਿ ਸਿਰ ਮਾਰਨ ਦੀ ਪ੍ਰੈਕਟਿਸ ਹੁੰਦੀ ਹੈ, ਬਾਹਾਂ ਘਕਾਉਣ ਦੀ ਪ੍ਰੈਕਟਿਸ ਕਹਿ ਲਓ, ਤਾਂ ਕਿ ਫਕਾਰੇ ਜੇ ਮਾਰਨੇ, ਇਹ ਸਿਰਫ ਇੱਕ ਪ੍ਰੈਕਟਿਸ ਹੁੰਦੀ ਹੈ। ਕਿਸੇ ਕਿਸਮ ਦੀ ਪਾਉਣ ਕਿਸੇ ਵਿੱਚ ਕੋਈ ਨਹੀਂ ਆਉਂਦੀ। ਆਪਣੀ ਕਾਲਜ ਲਾਈਫ ਦੇ ਵਿੱਚ ਅਸੀਂ ਕਹਿੰਦੇ ਕਹਾਉਂਦੇ ਚੇਲੇ ਚੱਪਦਿਆਂ ਦੀਆਂ ਨੱਕ ਨਾਲ ਲਕੀਰਾਂ ਵੀ ਬਣਾਈਆਂ, ਸਿਰਫ ਇਹ ਦੱਸਣ ਵਾਸਤੇ ਵੀ ਪਾਉਣ ਕੋਈ ਨਹੀਂ ਹੁੰਦੀ। ਮੇਰਾ ਭਾਵ ਦੱਸਣ ਦਾ ਇਹ ਹੈ, ਜੋ ਅਸੀਂ ਕਾਲਜ 'ਚ ਪੜ੍ਹਦੇ ਹੋਵੇ ਤਾਂ ਵੀ ਤੁਸੀਂ ਡਾਕ ਲੈ ਕੇ ਜਾਂਦੇ ਨਾ, ਜਦੋਂ ਕਦੇ ਨਹੀਂ ਖੜਾ ਸੀਗਾ ਕਿ ਪਾਉਣ ਹੁੰਦੀ ਸਾਡਾ ਮੁਕਾਬਲਾ ਨਹੀਂ, ਕਿਸੇ ਪਾਉਣ ਨੇ ਸਾਡਾ ਕਦੇ ਮੁਕਾਬਲਾ ਨਹੀਂ ਹੁੰਦਾ ਸੀ। ਭਾਵ ਪਾਉਣ ਵਾਲੀ ਚੀਜ਼ ਨਹੀਂ ਹੁੰਦੀ ਕੋਈ ਚੀਜ਼, ਅਤੇ ਬੜਾ ਉੱਥੇ ਪੰਜਾਬ ਕਰਨ ਪਾਉਣ ਵਾਲਿਆਂ ਨੂੰ ਕਿਹਾ ਵੀ ਕੋਈ ਹੈਗੀ ਤੁਹਾਡੇ ਕੋਲ ਪਾਉਣ ਸ਼ਕਤੀ ਸ਼ੁਕਤੀ ਮੇਰੇ 'ਤੇ ਛੱਡੋ ਵਕੀਰ ਨਾ, ਕਿਸੇ 15 ਸਾਲਾਂ 'ਚ ਤੁਸੀਂ ਲੋਕ ਵੀ ਖਵਾਤੀਆਂ ਚੇਲੇ ਚਰਚਿਆਂ ਦੀਆਂ ਪਕੜ ਲਈ ਸਾਧਾਂ ਦੀਆਂ ਅਸਾਰਾ ਨਾ ਕੋਈ ਚੱਲਿਆ ਕਰਦਾ। ਕਿਉਂ? ਕਿਉਂਕਿ ਤੁਹਾਡਾ ਵੀ ਮਨ ਗੁਰੂ ਮੰਨ ਕੇ ਤੁਹਾਡੀ ਵੀ ਅਵਸਥਾ ਬਣ ਜਾਏ, ਡੋਲਣਾ ਖਤਮ ਹੋ ਗਿਆ, ਡਰਨਾ ਦੀ ਚੀਜ਼ ਨਹੀਂ ਹੁੰਦੀ। ਨਿਰਭਉ ਸੰਗਤ ਤੁਮਾਰੇ ਵਾਸਤੇ ਡਰ ਕਹਾਂ 'ਤੇ ਆਇਆ, ਡੋਲੇ ਹੋਰ ਡਰਦੇ ਨੇ, ਡਾਟਾ ਮੱਤੇ ਜਬ ਜਾਨੀ ਹੈ ਦੂਰ, ਡਰ ਚੁੱਕਾ ਦੇਖਿਆ ਭਰਪੂਰ, ਨਿਰਭਉ ਜਾਂ ਪੈਸਾ ਨਿਰਭਉ ਮਿਟਾ ਪ੍ਰਭ ਕਿਰਪਾ 'ਤੇ ਪ੍ਰਾਣੀ ਸੁੱਖ ਹੈ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਤਾਂ ਭਉ ਸਭ ਗਵਾਸੀ। ਜਿਹੜੇ ਡਰਦੇ ਨੇ ਉਹਨਾਂ ਨੇ ਆਪਣੇ ਮਾਲਕ ਨੂੰ ਨਾਲ ਹੀ ਨਹੀਂ ਜਾਣਿਆ,
ਨਿਰਭਉਸੰਗ ਤੁਹਾਡੇ ਵਾਸਤੇ ਦ੍ਰਿੜਤਾ ਲੋਕ ਕੇ ਦਰਨ ਕਹਨ ਦਿਆ ਹੈ। ਦਰਨਾ ਦੀ ਤਾਂ ਕੀ ਹੈ, ਇਹ ਦਾਸ ਆਤਮ ਵਿਸ਼ਵਾਸ ਨਾਲ ਕਹਿ ਸਕਦਾ ਹੈ ਗੁਰੂ ਦੀ ਐਸੀ ਬਖਸ਼ਿਸ਼ ਕਿਰਪਾ ਹੋਈ ਹੈ ਸੱਚੇ ਗਿਆਨ ਸਤਿਗੁਰਾਂ ਦੀ ਕਿ ਡਰਨਾ ਦੀ ਚੀਜ਼ ਹੀ ਨਹੀਂ ਕੋਈ। ਤਾਂ ਮੈਨੂੰ ਐਂ ਨਹੀਂ ਪਤਾ ਵੀ ਡਰ ਕੀ ਚੀਜ਼ ਹੁੰਦੀ ਹੈ, ਕਿਰਪਾ ਸਤਿਗੁਰਾਂ ਪਤਾ ਹੀ ਨਹੀਂ ਵੀ ਡਰ ਕੀ ਚੀਜ਼ ਹੁੰਦੀ ਹੈ, ਐਂ ਨਹੀਂ ਪਤਾ ਡਰ ਕੀ ਹੁੰਦਾ, ਇਹ ਨਹੀਂ ਪਤਾ ਡਰ ਹੁੰਦਾ ਕੀ ਚੀਜ਼ ਹੁੰਦੀ ਹੈ ਡਰ। ਇਸ ਕਰਕੇ ਡੋਲੇ ਹੋਏ ਲੋਕ ਡਰਦੇ ਹੈ, ਜੇ ਤੁਸੀਂ ਫਿਰ ਉਹਨਾਂ ਡਰ ਖਤਮ ਹੋ ਜਾਏ ਸਾਡੇ ਜੀਵਨ ਦੇ ਵਿੱਚ ਇੱਕ ਬੇਪਰਵਾਹੀ ਆ ਜਾਵੇ ਤਾਂ ਗੁਰੂ ਦੇ ਗਿਆਨ ਨੂੰ ਮੰਨੋ। ਤੂੰ ਕਾਫੀ ਡੋਲੇ ਪੁਰਾਣੀ ਉਸ ਪੰਥ ਦੀ ਵਿਆਖਿਆ ਕਰ ਰਹੀ ਹੈ ਤਾਂ ਤੁਸੀਂ ਅੱਜ ਤੋਂ ਬਾਅਦ ਡੋਲ ਦੀ ਕਿਸੇ ਚੀਜ਼ ਦੇ ਚਾਪੇ ਕੋਈ ਨਾ ਜਾਇਓ, ਉਹਨਾਂ ਨੇ ਤੁਹਾਨੂੰ ਹੋਰ ਡਰਾ ਦੇਣਾ। ਉਹਨੇ ਕਹਿੰਦੇ ਨਾ ਤੁਹਾਡੇ ਦੇ ਬਾਬਾ ਜੀ ਗੁੱਸੇ ਨੇ, ਜਾਂ ਤੁਹਾਡੇ ਦੇ ਦੇਵੀ ਦੇਵਤਾ ਗੁੱਸੇ ਨੇ, ਤੂੰ ਕੋਈ ਝਾਕਣਾ ਹੋਈ ਹੈ ਜਾਂ ਭੂਤ ਭਰੇ ਦੀ ਝਾਕਣਾ ਹੈ ਜਾਂ ਰਾਸ਼ੀ ਵਿਗੜੀ ਹੈ, ਰਾਸ਼ੀ ਵਾਲੀ ਕੋਈ ਚੀਜ਼ ਨਹੀਂ ਹੁੰਦੀ, ਰਾਮ ਵਾਲਾ ਬਣੀ ਕੋਈ ਰਾਸ਼ੀ ਨਹੀਂ, ਕ੍ਰਿਸ਼ਨ ਖਾਲਸੇ ਕੋਈ ਰਾਸ਼ੀ ਨਹੀਂ, ਰਾਸ਼ੀ ਦਾ ਨਹੀਂ ਮਤਲਬ ਕੱਕੇ ਦੇ ਉੱਤੇ ਬਣ ਗਈ ਨਾ ਰਾਸ਼ੀ ਕਹਿਣ ਦਾ ਭਾਵ, ਰਾਸ਼ੀ ਰਾਸ਼ੀ ਨਾਂ ਦੀ ਕੋਈ ਚੀਜ਼ ਨਹੀਂ, ਕਿਸੇ 'ਤੇ ਕੋਈ ਗ੍ਰਹਿ ਨਹੀਂ ਆਉਂਦਾ ਵੀ ਰਾਹੂ ਕੇਤੂ ਆ ਕੇ ਨਾ, ਗ੍ਰਹਿ ਨਵਾਰੇ ਸਤਿਗੁਰੂ ਦੇ ਆਪਣਾ ਨਾਂ, ਗੁਰੂ ਜੀ ਨੇ ਇਹ ਭਾਵ ਨਿਵਰਤ ਕਰ ਦਿੱਤੇ, ਲੁੱਟ ਕੇ ਖਾਧੀ ਤੇ ਆ ਗਈ ਦੁਨੀਆ ਰਾਹੂ ਕੇਤੂ ਦੇ ਨਾਂ 'ਤੇ। ਅਤੇ ਦਾਸ ਨੇ ਤਾਂ ਆਵਾਜ਼ਾਂ ਵੀ ਮਾਰੀਆਂ ਕਿ ਮੇਰਾ ਸਵਾਸ ਸਿਧਾਰੇ ਪਿੰਡਾਂ ਦੇ ਵਿੱਚ ਅਸੀਂ ਜੰਮੇ ਬਾਰੇ ਮੈਂ ਦੱਸ ਦੇਵਾਂ, ਤਾਂ ਅਤੇ ਉੱਥੇ ਜਾਣੀ ਕਿ ਅਸੀਂ ਇੱਦੀ ਬੋਲੀ ਬੋਲਦੇ ਹਾਂ ਵੀ ਜਿਹਨੂੰ ਪੰਜਾਬੀ ਕਹਿੰਦਾ ਰਾਹੂ ਕੇਤੂ ਮੇਰੇ ਕੋਲ ਆ ਗਏ, ਦੁਨੀਆ ਡਰਦੀ ਹੈ, ਮੈਂ 15 ਸਾਲ ਆਵਾਜ਼ਾਂ ਮਾਰਦੇ ਹੋ ਗਏ ਵੀ ਰਾਹੂ ਕਿੱਥੇ ਹੈ, ਕੇਤੂ ਕਿੱਥੇ ਹੈ, ਮੇਰੇ ਕੋਲ ਆ ਜਾ ਰਹੇ, ਦੁਨੀਆ ਡਰਦੀ ਕਹਿੰਦੀ ਪਤਾ ਨਹੀਂ ਕੀ ਉਪਾਅ ਕਰਦੀ ਹੈ। ਅਤੇ ਤੁਸੀਂ ਪੁੱਛੋਗੇ ਵੀ ਜੇ ਆ ਗਿਆ ਤਾਂ ਫਿਰ ਕੀ ਕਰੇਗਾ, ਫਿਰ ਕੀ ਕਰਨਾ, ਵੱਢ ਕੇ ਪਤੀਲੇ 'ਚ ਪਾ ਲੈਣਾ ਰਾਹੂ ਕੇਤੂ, ਭਾਵ ਕੀ ਹੈ, ਇਹ ਮਤਲਬ ਹੀ ਨਹੀਂ ਪੁੱਛੇ ਨੇ। ਸੋ ਇੱਦਾਂ ਇਹ ਡੋਲੇ ਹੋਏ ਲੋਕਾਂ ਦੀ ਕੋਈ ਕਿਸੇ 'ਤੇ ਜਾਣੀ ਕਿ ਰਾਹੂ ਕੇਤੂ ਨਹੀਂ ਆਉਂਦਾ, ਕੋਈ ਰਾਸ਼ੀ ਫਲ ਨਾਂ ਦੀ ਚੀਜ਼ ਨਹੀਂ, ਕੋਈ ਜੋਤਿਸ਼ ਨਹੀਂ, ਕੋਈ ਕੌਣ ਨਹੀਂ, ਕਿਸੇ ਕਿਸਮ ਦਾ ਕੋਈ ਬੁਰੀ ਨਜ਼ਰ ਨਹੀਂ ਹੁੰਦੀ, ਲੁੱਟ ਕੇ ਖਾਧੀ ਦੁਨੀਆ, ਕਵੱਚ ਪਾ ਲਓ ਬੁਰੀ ਨਜ਼ਰ ਤੋਂ ਬਚੋ, ਬਣ ਚ ਕੀ ਲਿਖਿਆ, ਰਾਮ ਨਾਮ ਜੋ ਜਨ ਜਿੱਤ ਹੈ ਅਣ ਦਿਨ ਸਭ ਜਾਗੈ, ਤੰਤ ਮੰਤ ਨਾ ਜੋਹਰੀ ਤਿਰਤ ਚਾਹਨਾ ਲੱਗੈ। ਗੁਰਬਾਣੀ 'ਚ ਲਿਖਿਆ ਤੰਤ ਮੰਤ ਆਪਣੇ ਕੋਈ ਤਰੀਤ ਧਰਦਾ ਜਾਦੂ ਟੂਣੇ ਵਿੱਚ ਕੋਈ ਤਾਕਤ ਨਹੀਂ, ਅਤੇ ਜਿਹਨੂੰ ਜਿਹਦੇ ਕੋਲ ਗੁਰੂ ਦੀ ਮੱਤ ਹੈ ਉਹਨੂੰ ਇਹ ਸੋਝੀ ਆ ਗਈ ਤਿਰਤ, ਉਸਨੂੰ ਇਹ ਸੋਝੀ ਆ ਗਈ ਚਾਹਨਾ ਲੱਗੈ, ਕੋਈ ਬੁਰੀ ਨਜ਼ਰ ਨਹੀਂ ਕਿਸੇ ਨੂੰ ਲੱਗਦੀ, ਚਾਸ ਕਹਿੰਦੇ ਬੁਰੀ ਨਜ਼ਰ ਨੂੰ, ਬੁਰੀ ਨਜ਼ਰ ਨਾਲ ਦੀ ਕੋਈ ਚੀਜ਼ ਨਹੀਂ, ਯਾਦ ਰੱਖਿਓ। ਅਤੇ ਤੁਹਾਨੂੰ ਪਤਾ ਆਪਣੇ ਇੱਥੇ ਇੱਧਰ ਤਾਂ ਨਹੀਂ ਆਪਣੇ ਆਮ ਤੌਰ ਦੇ ਉੱਤੇ ਲਿਖਿਆ ਹੁੰਦਾ ਹੈਗਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਗੱਡੀਆਂ 'ਤੇ ਲਿਖਿਆ ਹੁੰਦਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਨਾ ਬੁਰੀ ਨਜ਼ਰ ਵਾਲਾ ਕੋਈ ਹੋਵੇਗੀ, ਜੇ ਬੁਰੀ ਨਜ਼ਰ ਵਾਲਾ ਹੋ ਸਕਦਾ ਤਾਂ ਕੋਈ ਡਰਾਈਵਰ ਹੋ ਸਕਦਾ, ਨਸ਼ਾ ਪੱਤੀ ਗੱਡੀ ਉਹ ਤਾਂ ਬੁਰੀ ਨਜ਼ਰ ਡਰਾਈਵਰ ਹੈਗੇ, ਉਹ ਲਿਖਣਾ ਬਣਦਾ ਕਿ ਲਾਪਰਵਾਹੀ ਵਾਲੇ ਤੇਰਾ ਮੂੰਹ ਕਾਲਾ, ਡਰਾਈਵਰ ਤਾਂ ਲਾਪਰਵਾਹ ਹੋ ਸਕਦਾ ਨਾ, ਲਾਪਰਵਾਹੀ ਵਾਲੇ ਤੇਰਾ ਮੂੰਹ ਕਾਲਾ, ਲਾਪਰਵਾਹੀ ਐਕਸੀਡੈਂਟ ਦਾ ਕਾਰਨ ਬਣਦੀ ਹੈ ਨਾ, ਕਿਸੇ ਨਜ਼ਰ ਨਾਲ ਤਾਂ ਕੋਈ ਐਕਸੀਡੈਂਟ ਹੁੰਦਾ, ਇਸ ਕਰਕੇ ਬੁਰੀ ਨਜ਼ਰ ਨਾਲ ਦੀ ਕੋਈ ਚੀਜ਼ ਨਹੀਂ ਦੁਨੀਆ 'ਤੇ, ਵੀ ਨਜ਼ਰ ਲੱਗ ਗਈ ਜੀ ਗੁਰੂ ਨਜ਼ਰ ਲੱਗ ਗਈ, ਇਤਿਹਾਸ ਵਿੱਚ ਬੜੇ ਸਾਡੇ ਕੂਟ ਵਾਟ ਲਾ ਦਿੱਤੇ, ਇੱਦਾਂ ਦਾ ਵੀ ਲਿਖ ਦਿੱਤਾ ਵੀ ਮਾਤਾ ਗੰਗਾ ਜੀ ਹਰਗੋਬਿੰਦ ਸਾਹਿਬ ਦੇ ਕੰਨ ਵਿੱਚ ਸ਼ੇਖਰ ਟਿੱਕਾ ਲਾ ਦਿੰਦੇ ਸੀ ਨਜ਼ਰ ਨਾਲ ਲੱਗ ਗਈ, ਇਹੋ ਜਿਹਾ ਕੂਟ ਵਾਟ ਗੁਰਬਾਣੀ 'ਚ ਲਿਖਿਆ ਨਜ਼ਰ ਨਾਲ ਦੀ ਕੋਈ ਚੀਜ਼ ਨਹੀਂ, ਕਿਤੇ ਇੱਦਾਂ ਦੇ ਕੂਟ ਵਾਟ ਪਾ ਦਿੱਤੇ ਇਤਿਹਾਸ ਵਿੱਚ ਵੀ ਜਦੋਂ ਭੀਖਾਂ ਸ਼ਾਹ ਗਏ ਨੇ ਪਟਨਾ ਸਾਹਿਬ ਵੱਲ ਨੂੰ, ਕਹਿੰਦੇ ਉਸ ਵੇਲੇ ਮਾਤਾ ਗੋਸ਼ੀ ਜੀ ਨੇ ਗੋਬਿੰਦ ਰਾਏ ਦੇ ਕੰਨ ਪਿੱਛੇ ਟਿੱਕਾ ਲਾਤਾ ਵੀ ਕਿਤੇ ਭੀਖਾਂ ਖਾਂਦੀ ਕਿਤੇ ਨਜ਼ਰ ਨਾਲ ਲੱਗ ਗਈ, ਦੱਸੋ ਪਤਾ ਨਹੀਂ ਕੀ ਕੂਟ ਵਾਟ ਲੱਗ ਗਈ। ਇੱਕੋ ਹੀ ਗੱਲ ਸਮਝ ਲਓ ਵੀ ਇਤਿਹਾਸ ਦੀ ਉਹ ਗੱਲ ਮੰਨਣ ਯੋਗ ਹੈ ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ 'ਤੇ ਪੂਰੀ ਉਤਰਦੀ ਹੈ, ਬਸ ਫਾਰਮੂਲਾ ਇੱਕੋ ਹੀ ਹੈ, ਕਿਉਂਕਿ ਸਾਡਾ ਬੇਸ ਕਹਿ ਲਓ, ਆਧਾਰ ਕਹਿ ਲਓ, ਰੂਹਾਨੀ ਸੰਵਿਧਾਨ ਕਹਿ ਲਓ, ਸਪਿਰਚੁਅਲ ਕਾਨਸਟੀਟਿਊਸ਼ਨ ਸਾਡੇ ਸਤਿਗੁਰੂ
ਇਹ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੱਲ। ਹਰ ਗੱਲ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਕਸਵੱਟੀ 'ਤੇ ਕਹਿ ਲਓ, ਸਟੈਂਡਰਡ 'ਤੇ ਕਹਿ ਲਓ, ਸਿੱਖਿਆ 'ਤੇ ਪੱਖਣੀ ਹੈ। ਜਿਹੜੀ ਗੱਲ ਗੁਰਬਾਣੀ ਦੀ ਸਿੱਖਿਆ 'ਤੇ ਪੂਰੀ ਨਹੀਂ ਉਤਰਦੀ, ਉਹ ਇਤਿਹਾਸ ਦੀ ਗੱਲ ਗਲਤ ਹੈ। ਬਿਨਾਂ ਚਿਰ ਤੋਂ ਰੱਦ ਕਰ ਦਿਓ, ਬਿਨਾਂ ਚਿਰ ਕਿ ਸਾਡੇ ਇਤਿਹਾਸ ਵਿੱਚ ਕੂੜ ਕਵਾੜ ਹੈ ਜਿਹੜਾ, ਉਹ ਬਹੁਤ ਲਾਇਆ ਹੋਇਆ, ਬਹੁਤ ਜ਼ਿਆਦਾ ਲਾਇਆ ਹੋਇਆ। ਅਤੇ ਅਸੀਂ ਗੁਰਬਾਣੀ ਦੇ ਗਿਆਨ ਦੀ ਰੋਸ਼ਨੀ ਵਿੱਚ ਇਹ ਕੂੜ ਕਵਾੜ ਨੂੰ ਅਸੀਂ ਕੱਢਣਾ ਹੈ। ਚਲੋ ਚੱਲ, ਸੋ ਇੱਦਾਂ ਹੁਣ ਆਪਾਂ ਬਾਣੀ ਤੋਂ ਸਮਝ ਲਿਆ ਵੀ ਅਸੀਂ ਡੋਲਣਾ ਨਹੀਂ ਭਾਈ, ਅੱਜ ਤੋਂ ਪਤਾ ਲਾ ਲਓ ਉਹ ਕਿਸੇ ਦੇਵੀ ਦੇਵਤੇ ਦਾ, ਕਿਸੇ ਬਾਬੇ ਪੀਰ ਦਾ ਸਾਡੀ ਜ਼ਿੰਦਗੀ 'ਚ ਕੋਈ ਸੰਬੰਧ ਨਹੀਂ। ਬਸ ਇੱਕ ਮਾਲਕ ਪਰਮਾਤਮਾ ਅਤੇ ਇੱਕ ਆਪਣੇ ਕਰਮ ਪ੍ਰਤੀ ਸੁਚੇਤ ਹੋਣਾ ਹੈ। ਮੰਦਾ ਮੂਲਣਾ ਕੀ ਚਾਹੀ ਦੇ ਲੰਬੀ ਨਜ਼ਰ ਨਿਹਾਲ, ਬੁਰਾ ਕੰਮ ਕਦੇ ਨਾ ਕਰੀਏ। ਬੁਰਾ ਕੰਮ ਕਰਨ ਤੋਂ ਪਹਿਲਾਂ ਸੁਰਤ ਵਿੱਚ ਲੰਬੀ ਨਿਗਾਹ ਮਾਰ ਲਈਏ, ਕਿਉਂਕਿ ਬੁਰੇ ਕੰਮਾਂ ਦੇ ਨਤੀਜੇ ਬਾਅਦ 'ਚ ਨਿਕਲਦੇ ਆ। ਅੱਜ ਕਿੱਕਰ ਦਾ ਵੀ ਬੀਜਣਾ ਨਾ, ਤਾਂ ਪਿਛਲੇ ਵਿੱਚ ਕੰਡੀ ਲੱਗਣਗੇ ਨਾ। ਖਰੀਦਾ ਲੋੜ ਹੈ ਦਾਖ ਬਜਾਉਣੀਆਂ, ਕਿੱਕਰ ਬੀਜਿਆ ਜੱਟ ਹੰਢਾ, ਉਹਨਾਂ ਕਤਾਏ ਦਾ ਫਾਇਦਾ ਲੋੜੇ ਆਟਾ। ਐਸਾ ਕੰਮ ਮੂਲੇ ਨਾ ਕੀਤੇ ਅੰਤ ਪਛੋਤਾ, ਕੀਤੇ ਕੰਮ ਨੂੰ ਪਰਮਾਤਮਾ ਪਰਵਾਉਂਦਾ ਹੈ। ਹੋਰ ਸਾਡੀ ਜ਼ਿੰਦਗੀ 'ਚ ਕਿਸੇ ਦਾ ਕੋਈ ਦਖਲ ਨਹੀਂ, ਕਿਸੇ ਦਾ ਲੋਕ ਕਿੱਦੂ ਦਾ ਜਾਂ ਇੱਦਾਂ ਦੀ ਚੀਜ਼ਾਂ ਹੈ ਹੀ ਨਹੀਂ ਹੈ, ਤਾਂ ਆਪਾਂ ਬਣਾਉਂਦਾ ਨਹੀਂ। ਇਸ ਕਰਕੇ ਗਿਆਨ ਤੋਂ ਬਿਨਾਂ ਦੁਨੀਆਂ ਡੋਲਦੀ ਹੈ। ਬੀਜਣ ਲਾਉਂਦਾ ਪਾਊ ਲਾਓ, ਜੋ ਮਣ ਕੇ ਭਰਮਾ ਧਰਮ ਘਾਟੇ ਕੋਲ ਆਪਣੇ ਕੀਨੇ ਵਿਸਰਾਵਾਂ। ਇਹਦੀ ਵਿਆਖਿਆ ਕਾਫੀ ਹੈ। ਹੁਣ ਆਪਾਂ ਜੋ ਸ਼ਬਦ ਲਿਆ ਸੀ ਉਸ ਸ਼ਬਦ ਤੀਜੀ ਬੰਦੀ 'ਤੇ ਆ ਜਾਓ। ਦੁਬਾਰਾ ਸ਼ਬਦ ਪੜ੍ਹਦੇ ਮੈਨੂੰ ਕਹਿੰਦੇ ਨੇ, ਸੁਸ ਵਿੱਚੋਂ ਸ਼ਬਦ ਨਿਕਲ ਜਾਂਦਾ ਹੈ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਦਰ ਤੋਂ ਦੇ ਦਾਨ ਰਹਾਓ, ਤੂੰ ਕਾਹੇ ਡੋਲਹੇ ਪ੍ਰਾਣੀਆਂ, ਤੁਧ ਰੱਖੈ ਦਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਗੁਰੂ ਜੀ ਕਹਿੰਦੇ ਇਹ ਪ੍ਰਾਣੀ ਤੂੰ ਕਾਹੇ ਡੋਲਦਾ, ਤੂੰ ਰੱਖਣ ਵਾਲਾ ਮਾਤ ਰੱਖੂਗਾ, ਰੱਖਣ ਵਾਲਾ ਇੱਕੋ ਹੀ ਹੈ। ਇਹ ਦਵੀਤ ਧਾਗਿਆਂ ਨੇ ਜਾਂ ਇਹ ਪੁੱਛਾਂ ਨੇ ਜੋਤਸਾਂ ਨੇ ਤੈਨੂੰ ਨਹੀਂ ਰੱਖਣਾ, ਇੱਕੋ ਹੀ ਰੱਖਣ ਵਾਲਾ। ਜੇ ਵੀ ਕਿਤੇ ਟੇਕ ਰੱਖੇ ਤਾਂ ਫਿਰ ਕਿੱਡੀਆਂ ਬਖਸ਼ੀਆਂ ਹੋਣਗੀਆਂ ਪਤਾ ਹੈ। ਊਠ ਤੋਂ ਸੁਖੀ ਆ, ਬੈਠ ਤੋਂ ਸੁਖੀ ਆ, ਭਾਉ ਨਹੀਂ ਲੱਗੈ ਜਾਂ ਐਸੇ ਬੁੱਝੀ ਆ। ਕਿਵੇਂ ਬੁੱਝੀ, ਕੀ ਸਮਝੀਏ? ਰਾਖਾ ਰੇਤ ਹਮਾਰਾ ਸਵਾਮੀ, ਸਗਲ ਭਟਾ ਕਾ ਅੰਤਰ ਜਾਮੀ, ਰਹਾਓ ਸੋਏ ਅਚਿੰਤਾ, ਜਾਗ ਅਚਿੰਤਾ, ਜਹਾਂ ਤਹਾਂ ਪ੍ਰਭੂ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ। ਗੁਰ ਤੇ ਲਾਉਣਾ ਰਾਜੂ ਸ਼ਿਆਰੀ ਹੈ। ਗੁਰ ਮੰਤਰ, ਮੰਤਰ ਕਾਹਨੂੰ ਕਹਿੰਦੇ? ਸੰਸਕ੍ਰਿਤ ਦਾ ਲਫ਼ਜ਼ ਹੈ ਉਪਦੇਸ਼। ਗੁਰੂ ਨੇ ਉਪਦੇਸ਼ ਨਾਲ ਪ੍ਰਵਾ ਦਿੱਤਾ ਕਿਹੜਾ? ਰਹਾਉ ਦੀ ਪੰਕਤੀ ਵਿੱਚ, ਰਾਖਾ ਏਕ ਹਮਾਰਾ ਸਵਾਮੀ। ਕਿਉਂਕਿ ਆਦਮੀ ਨੂੰ ਪਤਾ ਹੈ ਰਹਾਉ ਦੀ ਪੰਕਤੀ ਸਾਰੇ ਸ਼ਬਦ ਦਾ ਕੇਂਦਰੀ ਭਾਵ ਦਾ ਸੈਂਟਰ ਲੈ ਲਿਆ, ਕਹਿ ਲਓ ਨਿਚੋੜ, ਕਹਿ ਲਓ ਸਾਰਾਂਸ਼ ਕਹਿ ਲਓ। ਇਸ ਸ਼ਬਦ ਵਿੱਚ ਗੁਰੂ ਨੇ ਕਿਹੜਾ ਉਪਦੇਸ਼ ਨਾਲ ਕਰਵਾ ਦਿੱਤਾ? ਰਾਖਾ ਏਕ ਹਮਾਰਾ ਸਵਾਮੀ ਸਰਲ ਘਟਾਂਕਾ ਅੰਤਰ ਜਾਮੀ। ਅਤੇ ਜਿਹਨੇ ਉਸ ਇੱਕ ਨੂੰ ਰਾਖਾ ਮੰਨ ਲਿਆ, ਅੱਗੇ ਅੱਗੇ ਅਤੇ ਪਿਛਲੀਆਂ ਪੰਕਤੀਆਂ ਰਹਾਉ ਤੋਂ ਇਹ ਬਖਸ਼ਿਸ਼ ਹੈ, ਫਿਰ ਉੱਥੋਂ ਸੌਖੀ ਆ, ਬੈਠ ਸੌਖੀ ਆ। ਜਿਹਨੇ ਰਾਖਾ ਮਾਲਕ ਨੂੰ ਜਾਣ ਲਿਆ, ਜਿਹਨੂੰ ਉਸਨੂੰ ਆਪਣੇ ਅੰਗ ਸੰਗ ਜਾਣ ਲਿਆ, ਭਾਉਣਾ ਹੀ ਲੱਗ ਗਿਆ, ਤਾਂ ਤੱਕ ਲੱਭਦੇ ਹੀ ਨਾ ਜਾਂ ਇਸੇ ਬੁੱਝੀ ਆ। ਜਿਹਨੇ ਇਸ ਤਰ੍ਹਾਂ ਸਮਝ ਲਿਆ, ਕਿਸ ਤਰ੍ਹਾਂ ਰਾਖਾ ਇੱਕ ਹਮਾਰਾ ਸਵਾਮੀ ਸਰਲ ਘਟਾਂਕਾ ਅੰਤਰ ਜਾਮੀ ਰਹਾਉ, ਉਹ ਤਾਂ ਸੋਏ ਚਿੰਤਾ ਜਾਗਾ ਚਿੰਤਾ, ਬੇਫਿਕਰ ਹੋ ਕੇ ਸੌਂਦੇ ਹੈ, ਬੇਫਿਕਰ ਹੋ ਕੇ ਜਾਗਦੇ ਹੈ। ਅਤੇ ਕਈ ਫਿਕਰ ਜੀ ਸੌਂਦੇ ਜਦੋਂ ਜਾਗ ਆਉਂਦੀ ਹੈ, ਬਹੁਤ ਮਿਲਦੇ ਹੌਲ ਜੇ ਪੈਂਦੇ ਆ, ਐਂ ਲੱਗਦਾ ਕਿਤੇ ਅੱਜ ਕਿਤੇ ਹੋ ਹੀ ਨਾ ਜਾਵੇ ਕੁਛ, ਡਰ ਜਾ ਕੇ ਮੇਰੇ ਘਰ ਦੇ ਦਿਨ ਕਿਤੇ ਜਾ ਚੜ੍ਹੇ ਅੱਜ। ਮਾਨਸਿਕ ਲੋਕ ਹੈ, ਬਹੁਤ ਬਹੁਤ ਨੂੰ ਮਹਿਸੂਸ ਹੁੰਦਾ ਹੈ। ਪਰ ਜਿਹਨੇ ਮਾਲਕ ਨੂੰ ਰਾਖਾ ਜਾਣ ਲਿਆ, ਉਹ ਬੇਫਿਕਰੀ ਨੀਂਦ ਸੌਂਦੇ ਹੈ, ਜੋ ਬੇਫਿਕਰੀ ਨੀਂਦ ਜਾਗਦੇ ਹੈ। ਸੋਏ ਅਚਿੰਤਾ, ਜਾਗ ਅਚਿੰਤਾ, ਜਹਾਂ ਤਹਾਂ ਪ੍ਰਭੂ ਵਰਤੰਤਾ, ਘਰ ਸੁੱਖ ਵਸਿਆ ਬਾਪ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਪੜ੍ਹਾਇਆ। ਗੁਰੂ ਬਾਬਾ ਜੀ ਪੰਜਵੇਂ ਰੂਪ 'ਚ ਕਹਿੰਦੇ ਜੀ, ਗੁਰੂ ਨੇ ਉਪਦੇਸ਼ ਦ੍ਰਿੜ ਕਰਵਾ ਦਿੱਤਾ, ਰਾਖਾ ਇੱਕ ਹਮਾਰਾ ਸੁਣ।
ਉਹ ਇੱਕ ਤੇ ਟੇਕ ਰੱਖੋ ਬਸ ਧਰਤੀ ਬਾਉਣਾ ਲੱਗਦੀ ਬਾਲ ਬ੍ਰਹਿਮਣ ਚੌਗਿਰਦ ਹਮਾਰੇ ਰਾਮ ਦਾ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜੇ ਨਾ ਵਰਤ ਬਣਾਈ ਰਾਮ ਨਾਮ ਔਖਦ ਦੀ ਆ ਏਕਾ ਦੇ ਵਧਾਈ ਰਹਾਓ ਰਾਖ ਦੀਏ ਤਿਲ ਰੱਖਣ ਹਾਰ ਸਭ ਵਿਆਹ ਮਿਟਾਈ ਕਹੋ ਨਾਨਕ ਕਿਰਪਾ ਤੇ ਪ੍ਰਭ ਭਏ ਧਨਾਸਰੀ ਮਹਿਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ 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 ਪਾਠ ਨਹੀਂ ਕਰਨਾ ਦੇਈ ਵੀ ਦੇਖਣ ਦਿੰਦੇ ਹੀ ਨਹੀਂ ਫੈਸਲਾ ਹੈ ਅਰਦਾਸ ਨੂੰ ਬਣੀ ਕੇ ਦੇਈ ਪਾਠ ਨਹੀਂ ਕਰਨਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਵਿਰਤ ਸੰਭਾਲੇ ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿੰਘ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਓ ਮਨ ਬਲਾਸ ਭਏ ਸਾਹਿਬ ਕੇ ਅਚਰਜ ਦੇਖ ਬਣਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਗਿਆ ਰਖਾਈ ਸੋ ਕਿੰਨੇ ਹੀ ਪ੍ਰਮਾਣ ਹੈ ਮਨ ਚ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੀ ਉੱਥੇ ਤੇਰੀ ਅਸੀਂ ਘਰ ਕੱਚੇ ਧਰਮ ਰੱਖ ਰਹੇ ਅਗਰ ਇਹਨੂੰ ਕੱਚਾ ਧਾਕ ਪੁੱਛੀਏ ਕੀ ਬੰਨੇ ਕਈ ਪਿੰਡ ਨਹੀਂ ਰੱਖ ਬੰਨੀ ਹੈ ਕੀ ਰੱਖ ਲੈਦਾ ਹੁੰਦਾ ਕੱਚਾ ਧਾਕਾ ਰੱਖ ਹੈ ਗੁਰੂ ਨੂੰ ਪੁੱਛੋ ਰੱਖ ਕੀ ਹੈ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੀ ਉੱਥੇ ਤੇਰੀ ਰੱਖ ਹਰਨੀ ਉਧਰ ਮਾਹੀ ਸੁਣ ਕੇ ਜਮ ਕੇ ਰੂਪ ਨਾ ਤੇਰਾ ਛੱਡ ਜਾਏ ਭੌਜਨ ਵਿਖਮਾ ਸਦਾ ਗੁਰ ਸ਼ਬਦੀ ਆਏ ਇਸ ਕਰਕੇ ਬਾਣੀ ਮੰਨੋ ਸੋ ਕਿਹਦੀ ਵਿਆਖਿਆ ਕਾਫੀ ਹੈ ਡੀਕਾ ਡੋਲਾ ਛੱਡ ਦਿਓ ਤੋ ਕਾਹੇ ਡੋਲਹੇ ਪ੍ਰਾਣੀਆਂ ਤੁਦ ਰਾਖੈਗਾ ਸਿਰ ਜਨਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਵੇਦਣੀ ਸੋਈ ਕਰਦਾ ਸਾਰ ਘੱਟ ਘੱਟ ਮਾਲਕ ਦਿਨਾਂ ਕਾ ਸੱਚਾ ਪਰਵਤਗਾਰ ਜਿਨ ਉਪਾਈ ਵੇਦਣੀ ਜਿਸ ਪ੍ਰਮਾਤਮਾ ਨੇ ਇਹ ਧਰਤੀ ਪੈਦਾ ਕੀਤੀ ਹੈ ਭਾਵ ਧਰਤੀ ਤੇ ਸਾਰਾ ਜੀਵਨ ਪੈਦਾ ਕੀਤਾ ਹੈ ਜਿਨ ਉਪਾਈ ਵੇਦਣੀ ਸੋਈ ਕਰਦਾ ਸਾਰ ਉਹੀ ਇਸ ਦੀ ਸੰਭਾਲ ਕਰਦਾ ਹੈ ਦੂਜਾ ਇੱਥੇ ਕੋਈ ਨਹੀਂ ਸੋਈ ਕਰਦਾ ਸਾਰ ਘੱਟ ਘੱਟ ਮਾਲਕ ਦਿਨਾਂ ਕਾ ਸੱਚਾ ਪਰਵਤਗਾਰ ਉਹ ਸਾਰੇ ਘਟਾਂ ਦਾ ਸਾਰੇ ਦਿਨਾਂ ਦਾ ਮਾਲਕ ਹੈ ਘੱਟ ਘੱਟ ਮਾਲਕ ਦਿਨਾਂ ਕਾ ਸੱਚਾ ਪਰਵਤਗਾਰ ਉਹ ਸੱਚਾ ਹੈ ਭਾਵ ਸਦਾ ਰਹਿਣ ਵਾਲਾ ਹੈ ਆਪ ਸੱਚ ਜਗਾਦ ਸੱਚ ਹੈ ਕਿ ਸੱਚ ਨਾਨਕ ਉਸੇ ਹੀ ਸੱਚ ਉਹ ਸੱਚਾ ਹੈ ਉਹ ਸਭ ਦਾ ਪਾਲਣਹਾਰ ਹੈ ਉਹ ਸਾਰੇ ਦਿਨਾਂ ਘਟਾਂ ਦਾ ਮਾਲਕ ਹੈ ਘੱਟ ਘੱਟ ਮਾਲਕ ਦਿਨਾਂ ਕਾ ਸੱਚਾ ਪਰਵਤਗਾਰ ਕੁਦਰਤ ਕੀ ਮਨਾ ਜਾਣੀਏ ਵੱਟਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿਸ ਚਿਰ ਘੱਟ ਮੈਂ ਸਾਹ ਉਹ ਪ੍ਰਮਾਤਮਾ ਦੀ ਕੁਦਰਤ ਦੀ ਕੀਮਤ ਨਹੀਂ ਜਾਣੀ ਜਾਂਦੀ ਕੁਦਰਤ ਕੀ ਮਨਾ ਜਾਣੀਏ ਵੱਟਾ ਵੇ ਪ੍ਰਵਾਹ ਉਹ ਪ੍ਰਮਾਤਮਾ ਵੱਡਾ ਹੈ ਬੇਪ੍ਰਵਾਹ ਦਾ ਕੀ ਹੁੰਦਾ ਕਿਉਂਕਿ ਪਸਾਰਾ ਤਾਂ ਬੇਅੰਤ ਹੈ ਪਰ ਉਹ ਬੇਅੰਤ ਪਸਾਰਾ ਰੱਚ ਕੇ ਖਚਤ ਨਹੀਂ ਹੋ ਗਿਆ ਜਿਵੇਂ ਆਪਾਂ ਨਾ ਮਨ ਉੱਠਣਾ ਕੋਈ ਮਾੜਾ ਦੂਜਾ ਕੰਮ ਕਰ ਲਈਏ ਆਪਾਂ ਸਾਰੇ ਉਲਝ ਹੀ ਜਾਈਏ ਪਰ ਪਰਮਾਤਮਾ ਏਡਾ ਵੱਡਾ ਪਸਾਰਾ ਰੱਚ ਕੇ ਵੀ ਬੇਪਰਵਾਹ ਹੈ ਕਿ ਉਹ ਸਾਰਾ ਕੁਝ ਉਹਦੇ ਹੁਕਮ 'ਚ ਆਟੋਮੈਟਿਕਲੀ ਚੱਲਦਾ ਆਪਣੇ ਆਪ ਇਸ ਕਰਕੇ ਉਹ ਵੱਡਾ ਹੈ ਬੇਪਰਵਾਹ ਹੈ ਉਹਦੀ ਕੁਦਰਤ ਦੀ ਕੀਮਤ ਜਾਣੀ ਨਹੀਂ ਜਾ ਸਕਦੀ ਮਾਲਕ ਦੀ ਕੀਮਤ ਤਾਂ ਕੌਣ ਜਾਣ ਸਕਦਾ ਹੈ ਉਹਦੀ ਰਚਨਾ ਬਾਰੇ ਨਹੀਂ ਪਤਾ ਲੱਗਦਾ ਉਹਦੀ ਰਚਨਾ ਬਾਰੇ ਨਹੀਂ ਪਤਾ ਲੱਗਦਾ ਰਚਨੀ ਇਹਦੀ ਬੇਅੰਤ ਹੈ ਕਰਤੇ ਕਹਿ ਕਰਨੇ ਨਾਹੀਂ ਸਮਾਰ ਕਿਤੇ ਲਿਖਿਆ ਅੰਤ ਪਰਾਵਾਰ ਨਹੀਂ ਆਉਂਦਾ ਰਚਨਾ ਦਾ ਅੰਤ ਪਰਾਵਾਰ ਸਮਝ ਕੇ ਨਾ ਪਹਿਲਾ ਗੱਲ ਤਾਂ ਇਹ ਹੈ ਕਿ ਫੰਡਾਮੈਂਟਲ ਪਾਰਟੀ ਗੱਲ ਤਾਂ ਨਹੀਂ ਲੱਭ ਸਕਣਾ ਠੀਕ ਹੈ ਪਿੱਛੇ ਰੌਲਾ ਪਾਇਆ ਸੀ ਗੌਡ ਪਾਰਟੀ ਦਾ ਲੱਭ ਗਿਆ ਗੌਡ ਪਾਰਟੀ ਦਾ ਲੱਭ ਗਿਆ ਨਾ ਪੰਜਾਹ ਸਾਲ ਨੂੰ ਕਹਿਣ ਜਦੋਂ ਬਰੀਕ ਕੰਮ ਲੱਭ ਗਿਆ ਉਹ ਤਾਂ ਇੱਕ ਨਾਂ ਰੱਖ ਲਿਆ ਨਾਂ ਤੇ ਗੁਣ ਦਾ ਹੱਕ ਹੁੰਦਾ ਹੈ ਜੋ ਨਾਂ ਰੱਖ ਲਿਆ ਵੱਖਰੀ ਗੱਲ ਹੈ ਪਰ ਕਿੱਥੋਂ ਰਚਨਾ ਸ਼ੁਰੂ ਹੁੰਦੀ ਹੈ ਉੱਥੇ ਤੱਕ ਸਾਇੰਸ ਨਹੀਂ ਪਹੁੰਚ ਸਕਦੀ ਫੰਡਾਮੈਂਟਲ ਪਾਰਟੀ ਦਾ ਕਦੇ ਨਹੀਂ ਲੱਭ ਸਕਣਾ ਗਰੰਟੀ ਹੈ ਉਰਲਾ ਪਿੰਡਾਂ ਪਰਲਾ ਪਿੰਡਾਂ
ਜ਼ਮੀਨ ਦਾ ਪਸੰਦਾ ਕਿਉਂ? ਕਿਉਂਕਿ ਸੈਂਸ ਇੱਕ ਸੂਰਜ ਮੰਡਲ ਨਹੀਂ ਪਾਰ ਕਰ ਸਕਦੀ ਅਤੇ ਇੱਕ ਗਲੈਕਸੀ ਕੀ ਤੋੜਾਂ ਸੂਰਜਾ ਰਹੇ ਹੈ ਕੌਣ ਜਾਊ? ਪਰਲਾ ਪਿੰਡਾ ਕਦੇ ਨਹੀਂ ਲੱਭਣਾ, ਕੋਰਲਾ ਪਿੰਡਾ ਰਚਨਾ ਕਿੱਥੋਂ ਸ਼ੁਰੂ ਹੁੰਦੀ ਹੈ? ਫੰਡਾਮੈਂਟਲ ਪਾਰਟੀ ਦਾ ਕਦੇ ਨਹੀਂ ਲੱਭਣਾ, ਉਹਦੀ ਰਚਨਾ ਉਹਦੀ ਕੁਦਰਤ ਦਾ ਅਤੇ ਉਸ ਕਰਤੇ ਦਾ ਤਾਂ ਕੌਣ ਅੰਤ ਪਾ ਸਕਦਾ? ਤਾਂ ਅੰਤ ਨਾ ਸਿਫਤ ਹੀ ਕਹਿਣਾ ਨਾ ਅੰਤ, ਅੰਤ ਨਾ ਕਰਨਾ ਇਹ ਨਾ ਅੰਤ, ਅੰਤ ਨਾ ਵੇਖਣ ਸੁਣਨਾ ਨਾ ਅੰਤ, ਅੰਤ ਨਾ ਜਾਪੈ ਕਿਆ ਮੰਤ, ਅੰਤ ਨਾ ਜਾਪੈ ਕੀਤਾ ਕਾਰ, ਅੰਤ ਨਾ ਜਾਪੈ ਬਾਰਾਂ ਵਾਰ ਅੰਤ ਕਾਰਨ ਇੱਥੇ ਫਿਰ ਰਾਹੀਂ ਪਾ ਕੇ ਅੰਤ ਨਾ ਪਾਏ ਜਾਣੀ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਸਾਉਂ ਉੱਚੇ ਉੱਪਰ ਉੱਚਾ ਨਾਉਂ ਜੇਵੜ ਉੱਚਾ ਹੋਵੇ ਕੋਈ ਸੁੱਚੇ ਕਹੋ ਜਾਣੇ ਸੋਈ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰ ਪਰ ਉਹ ਸਮੁੰਦਰ ਦੀ ਥਾਂ ਨਹੀਂ ਪਾ ਸਕਦੇ, ਮਾਰਗ ਵਿੱਚ ਲੀਨ ਹੋਇਆ ਜਾ ਸਕਦਾ ਹੈ ਪਰ ਉਹਦਾ ਅੰਤ ਪਹਾਵਾਰ ਨਹੀਂ ਕੋਈ ਜਾਣ ਸਕਦਾ। ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਚਿਰ ਘਟਨ ਹੈ ਸਾ ਬੰਦਿਆ ਤੂੰ ਬੰਦਗੀ ਕਰ ਜਿਹਨੇ ਤੇ ਤੇਰੇ ਸਰੀਰ ਰੂਪੀ ਘੱਟ ਦੇ ਵਿੱਚ ਸਾਹ ਚੱਲਦੇ ਆ। ਕਰ ਬੰਦੇ ਤੂੰ ਬੰਦਗੀ ਚਿਰ ਘਟਨ ਹੈ ਸਾਹ ਸਾਹ ਦੇ ਹਾਜ਼ਰ ਨੂੰ ਪੜ੍ਹਾਇਆ ਸਾਹ ਉਹ ਪਾਠ ਨਹੀਂ ਬੋਲਣਾ। ਇਹ ਔਂਕੜਾ ਜਿਹੜੀ ਹੈ ਵਿਆਕਰਨ ਕਹਿ ਭਾਵ ਇੱਕ ਵਚਨ ਦਾ ਦਰਸਾਇਕ ਹੈ, ਜਿੱਥੇ ਇੱਕ ਵਚਨ ਨਾ ਹੋਵੇ ਉੱਥੇ ਹਾਹੇ ਦੀ ਔਂਕੜ ਸਾਈਲੈਂਟ ਰਹਿੰਦੀ ਹੈ, ਜਿੱਥੇ ਕਿਰਿਆਵਾਚਕ ਹੋਵੇ ਉੱਥੇ ਔਂਕੜ ਬੋਲਦੀ ਹੈ। ਜਿਵੇਂ ਆਪ ਹੋ ਸਿੱਖ ਸਾਧੂ ਆਪ ਹੋ ਕਿਰਿਆਵਾਚਕ ਹੋਵੇ ਨਾ ਆਪ ਹੋ ਔਂਕੜ ਬੋਲੂਗੀ, ਆਪੇ ਹੀ ਆਪੇ ਹੀ ਖਾ ਹੋ ਬੋਲੂਗੀ। ਪਰ ਜਿਹੜਾ ਕੰਨਾ ਹੈ ਇਹਨੂੰ ਲਮਕਾਉਣਾ ਹੈ ਖਾ ਹੋ, ਕਈ ਕੀ ਕਰਨ ਦੇ ਖਾਹੋ ਨਾ ਉਲਟਾ ਹੋ ਗਿਆ, ਔਂਕੜ ਦਾ ਘੋੜਾ ਬਣ ਗਿਆ ਅਤੇ ਜੋ ਕੰਨਾ ਸੀ ਜੋ ਦੀਰਘ ਮਾਤਰਾ ਇਹ ਸ਼ੀਦੀ ਬੋਲ ਗਈ ਖਾ ਹੋ। ਜੋ ਤੁਸੀਂ ਕੰਨੇ ਨੂੰ ਲਮਕਾਤਾ ਖਾ ਹੀ ਨੂੰ ਔਂਕੜ ਰਹਿ ਜਾਂਦੀ ਨਹੀਂ ਘੋੜਾ ਲੱਗ ਜਾਂਦਾ। ਚਲੋ ਕਿਰਿਆਵਾਚਕ ਸ਼ਬਦਾਂ ਦੀ ਖਾਹੀ ਦੀ ਔਂਕੜ ਬੋਲਦੀ ਹੈ ਪਰ ਨਾਵਵਾਚਕ ਜੋ ਨੌਨ ਸੰਗਿਆ ਹੁੰਦੀ ਹੈ ਉਹ ਔਂਕੜ ਨਹੀਂ ਬੋਲਦੀ। ਜਿਵੇਂ ਰੁੱਤ ਮਹਾਂ ਨਾ ਕੋਈ ਰੁੱਤ ਮਹਾਂ ਇੱਕ ਮਹੀਨੇ ਦਾ ਅਰਥ ਤੇ ਔਂਕੜ ਹੈ ਜਿਹੜੀ ਮਹਾਂ ਕਿ ਬਹੁ ਵਚਨ ਹੋਵੇ ਤਾਂ ਔਂਕੜ ਨਹੀਂ ਹੁੰਦੀ। ਮਹੀਨੇ ਮਹਾਂਦਿਵਸ ਮੂਰਤ ਭਲੇ ਮਹਾਂਦਿਵਸ ਬਹੁਤੇ ਮਹੀਨੇ। ਚਲੋ ਇੱਦਾਂ ਜਿੰਨੀ ਦੇਰ ਤੇਰੇ ਸਰੀਰ ਦੇ ਵਿੱਚ ਸਾਹ ਹੈ ਉੱਨੀ ਦੇਰ ਤੂੰ ਉਸ ਮਾਲਕ ਨੂੰ ਯਾਦ ਕਰ। ਕਰ ਬੰਦੇ ਤੂੰ ਬੰਦਗੀ ਜਿੱਚਰ ਘਟਨਾ ਸਾਹ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ। ਮਾਲਕ ਜੀ ਤੁਸੀਂ ਅਕਥ ਹੋ ਤੁਹਾਨੂੰ ਪੂਰਾ ਬਿਆਨ ਨਹੀਂ ਕੀਤਾ ਜਾ ਸਕਦਾ। ਤੂੰ ਅਕਥ ਤੁਸੀਂ ਅਗੋਚਰ ਹੋ ਗਿਆਨ ਇੰਦਰਾਂ ਦੀ ਪਕੜ ਦੇ ਵਿੱਚ ਨਹੀਂ ਆਉਂਦੇ। ਤੁਸੀਂ ਸਰਬ ਕਲਾ ਸਮਰੱਥ ਹੋ ਸਰਬ ਸ਼ਕਤੀਮਾਨ ਹੋ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ। ਇਹ ਜਿੰਦ ਤੇ ਪਿੰਡ ਭਾਵ ਪਿੰਡਾ ਸਰੀਰ ਇਹ ਜਿੰਦ ਤੇ ਸਰੀਰ ਤੇਰੀ ਹੀ ਪੂੰਜੀ ਹੈ ਜੀਓ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਤੇਰੀ ਬਖਸ਼ਿਸ਼ ਦੇ ਨਾਲ ਤੇਰੀ ਕਿਰਪਾ ਦੇ ਨਾਲ ਸਦੀਵੀ ਸੁੱਖ ਪ੍ਰਾਪਤ ਕੀਤਾ ਹੈ। ਰਹਿਮ ਤੇਰੀ ਸੁੱਖ ਪਾਇਆ ਸਦਾ, ਸਦਾ ਸੁੱਖ ਕਿਹੜਾ ਹੁੰਦਾ ਆਤਮਿਕ ਸੁੱਖ ਅੰਦਰ ਦਾ ਸੁੱਖ। ਰਹਿਮ ਤੇਰੀ ਸੁੱਖ ਪਾਇਆ ਸਦਾ ਨਾਨਕ ਕੀ ਅਰਦਾਸ। ਪੰਜਵੇਂ ਸਰੂਪ ਦੇ ਵਿੱਚ ਗੁਰੂ ਨਾਨਕ ਬਾਬਾ ਜੀ ਕਹਿ ਰਹੇ ਹੈ ਕਿ ਨਾਨਕ ਦੀ ਤੇਰੀ ਅਕੇਲੀ ਅਰਦਾਸ ਹੈ। ਭਾਵ ਆਪਾਂ ਨੂੰ ਸਿਖਾਉਂਦੇ ਹੈ ਜਿਵੇਂ ਟੀਚਰ ਵਿਦਿਆਰਥੀ ਨੂੰ ਪੜ੍ਹਾਉਂਦਾ ਵਿਦਿਆਰਥੀਆਂ ਨੂੰ ਸਿਖਾਇਆ ਹੁੰਦਾ, ਭਾਵ ਉਸ ਮਾਲਕ ਅੱਗੇ ਹੀ ਅਰਦਾਸ ਕਰਨੀ ਹੈ ਉਸੇ ਦੀ ਡੇਟ ਰੱਖਣੀ ਹੈ ਬਸ ਉਸੇ ਦੀ ਬਖਸ਼ਿਸ਼ ਦੇ ਨਾਲ
ਆਤਮ ਸੁੱਖ ਸਦਾ ਰਹਿਣ ਵਾਲੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਦੀ ਵਿਚਾਰ ਸੰਪੂਰਨ ਹੋਏ, ਸਮਾਂ ਵੀ ਹੋ ਗਿਆ, 6 ਪੌੜੀਆਂ ਆਨੰਦ ਸਾਹਿਬ ਪੜ੍ਹ ਸਮਾਪਤੀ। ਹਾਂਜੀ ਨਾਨਕ ਸਾਹਿਬ।